ਵਾਹਿਗੁਰੂ ਜੀ ਸਤਨਾਮ। ਧੰਨ ਗੁਰੂ ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਕੋਈ ਜਨ ਹਰਸਿਓ ਦੇਵੇ ਜੋਰ, ਕੋਈ ਜਨ ਹਰਸਿਓ ਦੇਵੇ ਜੋਰ, ਚਰਨ ਗਹਾਂ ਬਕੋ ਸੁਭ ਰਸਨਾ, ਚਰਨ ਗਹਾਂ ਬਕੋ ਸੁਭ ਰਸਨਾ, ਦੀਜੇ ਪ੍ਰਾਨ ਅਕੋਰ, ਦੀਜੇ ਪ੍ਰਾਨ ਅਕੋਰ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ ਪ੍ਰੀਤਮ ਰਾਮ ਪਿਆਰਾ ਜੀ, ਕੋਈ ਆਣ ਕੇ ਮਿਲਾਵੇ ਪ੍ਰੀਤਮ ਰਾਮ ਪਿਆਰਾ ਜੀ, ਕੋਈ ਆਣ ਕੇ ਮਿਲਾਵੇ ਰਾਮ ਪਿਆਰਾ ਜੀ, ਕੋਈ ਆਣ ਕੇ ਮਿਲਾਵੇ ਪ੍ਰੀਤਮ ਰਾਮ ਪਿਆਰਾ ਜੀ, ਕੋਈ ਆਣ ਕੇ ਮਿਲਾਵੇ ਰਾਮ ਪਿਆਰਾ, ਕੋਈ ਆਣ ਕੇ ਪ੍ਰੀਤਮ ਰਾਮ ਪਿਆਰਾ ਜੀ, ਕੋਈ ਆਣ ਕੇ ਮਿਲਾਵੇ ਰਾਮ ਪਿਆਰਾ, ਆਣ ਕੇ ਮਿਲਾਵੇ ਆਣ ਕੇ ਆਣ ਕੇ ਮਿਲਾਵੇ ਆਣ ਕੇ ਮਿਲਾਵੇ ਕੋਈ ਆਣ ਕੇ ਮਿਲਾਵੇ।
के मिलावे, आन के मिलावे, आन के मिलावे जी कोई आन के मिलावे, आन के मिलावे, आन के मिलावे, आन के मिलावे जी कोई आन के मिलावे, आन के मिलावे जी कोई आन के मिलावे, आन के मिलावे जी कोई आन के मिलावे। तम राम प्यारा कोई आन मिलावे मेरा प्रीतम प्यारा हो तिस पै आप बिचाई, कोई आन मिलावे, कोई आन मिलावे मेरा प्रीतम प्यारा हो तिस पै आप बिचाई, दर्शन हर देखन के ताई, हर देखन के ताई, कृपा करे ता सतगुर मिले हर हर नाम ते आई, कृपा करे कृपा करे ता सतगुर मिले हर हर नाम ते आई, वाहिगुरू 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 जपो वाहिगुरू, धन वाहिगुरू सारे कृपा करो, वाहिगुरू वाहिगुरू धन वाहिगुरू, वाहिगुरू धन वाहिगुरू, ਵਾਹਿਗੁਰੂ ਧੰਨ ਵਾਹਿਗੁਰੂ ਸਾਰੇ ਕਿਰਪਾ ਕਰੋ, ਵਾਹਿਗੁਰੂ ਸਾਰੇ ਅੱਖਾਂ ਬੰਦ ਕਰ ਲਓ, ਚੌਂਕੜੇ ਮਾਰ ਕੇ ਸਮਾਧੀ ਵਿੱਚ ਸਜੋ ਜਰਾ, ਮਹਾਨ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ, ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਵਹਿਣ ਦੀਆਂ ਘੜੀਆਂ ਮਿਲੀਆਂ ਨੇ, ਸਾਰੇ ਕਿਰਪਾ ਕਰੋ ਜੀ, ਪੂਰਾ ਪੂਰਾ ਲਾਹਾ ਲਈਏ, ਹਾਜ਼ਰੀ ਲੱਗ ਜਾਏ, ਬਹਿਣਾ ਪ੍ਰਵਾਨ ਹੋ ਜੇ, ਸਾਰੇ ਜਪੋ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ, ਵਾਹਿਗੁਰੂ ਧੰਨ ਵਾਹਿਗੁਰੂ ਜਪੋ, ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ 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 ਧੰਨ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸ਼ਨਾ, ਦੀਜੈ ਪ੍ਰਾਨ ਅਕੋਰ,
ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋ ਅਰਸ ਮੈਂ ਮਗਨ ਹੋਤ ਕਿਰਪਾ ਤੇ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਜਪੋ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰ
ਵਾਹਿਗੁਰੂ ਕੋਈ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਲਿਆ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਲਿਆ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਮੈਂ ਤਨ ਮਨ ਵਾਰ ਤਨ ਮਨ ਵਾਰ ਲਿਆ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਲਿਆ ਕੋਈ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਲਿਆ ਕੋਈ ਆਣ ਕੇ ਮਿਲਾਵੇ 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 ਪ੍ਰੀਤਮ ਪਿਆਰੇ ਨੂੰ ਮਿਲਾਵੇ ਮੇਰੇ ਪਿਆਰੇ ਮਿਲਾਵੇ ਪ੍ਰੀਤਮ ਪਿਆਰੇ ਤਨ ਮਨ ਵਾਰ ਲਿਆ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਲਿਆ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਮੈਂ ਤਨ ਮਨ ਵਾਰ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਦਿਆ ਕੋਈ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਦਿਆ ਤਨ ਮਨ ਦੀ ਵਾਰ ਦਿਆ ਤਨ ਮਨ ਜੀ ਪਿਆਰੇ ਵਾਰ ਦਿਆ ਤਨ ਮਨ ਜੀ ਵਾਰ ਦਿਆ ਤਨ ਮਨ ਜੀ ਵਾਰ ਦਿਆ ਕੋਈ ਆਣ ਕੇ ਮਿਲਾਵੇ 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 ਮੇਰੇ ਪਿਆਰੇ ਨੂੰ ਮਿਲਾਵੇ ਰਾਮ ਪਿਆਰੇ ਨੂੰ ਤਨ ਮਨ ਵਾਰ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਤਨ ਮਨ ਵਾਰ ਦਿਆ
ਪਿਆਰੇ ਨੂੰ ਤਨ ਮਨ ਵਾਰ ਪਿਆ ਕੋਈ ਆਣ ਕੇ ਮਿਲਾਵੇ ਤੂੰ ਪਿਆਰੇ ਨੂੰ ਤਨ ਮਿਲਾਵੇ ਪ੍ਰੀਤਮ ਪਿਆਰੇ ਨੂੰ ਮਨ ਮਨ ਵਾਰ ਦਿਆ ਕੋਈ ਆਣ ਕੇ ਮਿਲਾਵੇ ਪ੍ਰੀਤਮ ਪਿਆਰੇ ਨੂੰ ਮਨ ਮਨ ਵਾਰ ਦਿਆ ਨੰਦ ਸੁੰਦਣਿਆ ਗੁਰਮਤ ਮੰਜੇ ਮਿੱਤਰ ਸਾਡੇ ਨੰਦ ਸੰਦੜਿਆ ਗੁਰਮਤ ਮੰਜੇ ਮਿੱਤਰ ਸਾਡੇ ਤੇ ਹਾਂ ਟੁੱਟੇ ਦੀ ਜਾਤ ਸਮਾਇਆ ਜਨ ਨਾਰਕ ਵੇਲੇ ਕੇ ਜਿੰਨਾ ਦਸੰਦੜਿਆ ਦੁਰਮਤ ਵੰਜੇ ਮਿੱਤਰ ਸਾਡੇ ਸਹੀ ਹਾਂ ਟੁੱਟੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਕੋਈ ਜਨ ਹਰ ਸਿਉਂ ਦੇਵੇ ਜੋਰ ਮਹਾਰਾਜ ਕਹਿੰਦੇ ਨੇ ਕੋਈ ਮਿਲਿਆ ਹੋਇਆ ਕੋਈ ਨਾਮੀ ਹੋਵੇ ਨਿੱਤ ਅਰਦਾਸਾਂ ਕਰਦੇ ਹਨ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਅੱਠੇ ਪੈਰ ਤੇਰਾ ਨਾਮ ਚਿੱਤਾਵੇ ਮਹਾਰਾਜ ਉਹਨਾਂ ਦਾ ਮੇਲ ਕਰਾਇਓ ਜਿਨ੍ਹਾਂ ਨੂੰ ਮਿਲ ਕੇ ਤੇਰੇ ਦਰ ਘਰ ਨਾਲ ਸਾਂਝ ਪੈ ਜਾਏ ਇਹ ਪ੍ਰੀਤ ਗੂੜੀ ਹੋ ਜਾਏ ਇਹ ਪ੍ਰੀਤ ਪੱਕ ਜਾਏ ਭਾਗਾਂ ਵਾਲਿਆਂ ਸਤਿਗੁਰ ਜੀ ਦੇ ਪਿਆਰ ਵਿੱਚ ਵਹਿਣ ਦੀਆਂ ਘੜੀਆਂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਰ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਕੋਈ ਜਨ ਹਰ ਸਿਉਂ ਦੇਵੇ ਜੋਰ ਕੋਈ ਮਿਲ ਜਾਏ ਜਿਹੜਾ ਮੇਲ ਕਰਾ ਦੇਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਕਹਿੰਦੇ ਆ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਜੇ ਕੱਚੇ ਦੀ ਗੱਲ ਤੇ ਨਾਲ ਮਹਾਰਾਜ ਪੱਕੇ ਦੀ ਗੱਲ ਜੇ ਪੱਕੇ ਦੀ ਤੇ ਨਾਲ ਕੱਚੇ ਦੀ ਵੀ ਗੱਲ ਮਹਾਰਾਜ ਕਹਿੰਦੇ ਨੇ ਇੱਕ ਬੇੜੀ ਵਿੱਚ ਬਹਿ ਜਾਈ ਉਹ ਮਲਾਹ ਪੱਕਾ ਹੋਵੇ ਜੇ ਕੱਚੀ ਬੇੜੀ ਵਿੱਚ ਬਹਿ ਗਿਆ ਮਲਾਹ ਕੱਚਾ ਮਿਲ ਗਿਆ ਤੇ ਡੁੱਬ ਜਾਏਗਾ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਜੇ ਪੱਕਾ ਤੇ ਨਾਲ ਕੱਚਾ ਵੀ ਹੈ ਵੇਖੀ ਕਿਤੇ ਭੁਲੇਖਾ ਨਾ ਖਾ ਜਾਵੀ ਆਖੋ ਸਤਨਾਮ ਵਾਹਿਗੁਰੂ ਜੇ ਭੁਲੇਖਾ ਖਾ ਗਿਆ ਤੇ ਚੱਕਰਾਂ ਵਿੱਚ ਪੈ ਜਾਏਗਾ ਘੁੰਮਣ ਘੇਰੀਆਂ ਜੰਮਣ ਮਰਨ ਦਾ ਗੇੜ ਤੇਰਾ ਨਹੀਂ ਮੁੱਕਣਾ ਭਾਈ ਇਸੇ ਕਰਕੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਸਤਿਗੁਰੂ ਵਾਰ ਵਾਰ ਤਾਗੀਦ ਕਰਦੇ ਨੇ ਉਹ ਪੱਕਿਆਂ ਦੀ ਸੰਗਤ ਵਿੱਚ ਬਹਿ ਭਾਈ ਜਿਹੜੇ ਜੁੜੇ ਹੋਣ ਜਿਹੜੇ ਆਪਣੇ ਨਾਲ ਨਾ ਜੋੜ ਤੈਨੂੰ ਜੋੜਨ ਤੈਨੂੰ ਹਾਂ ਸਤਿਕਾਰ ਕਰਦਾ ਰਵੀ ਜਿਵੇਂ ਚਵਾਰੇ ਚੜ੍ਹੀ ਦਾ ਨਾ ਪੌੜੀ ਚਾਹੀਦੀ ਆ ਅਤੇ ਪੌੜੀ ਆਪਣੀ ਥਾਂ ਅਤੇ ਚਵਾਰਾ ਆਪਣੀ ਥਾਂ ਹੁੰਦਾ ਭਾਈ ਪੌੜੀ ਦਾ ਸਤਿਕਾਰ ਆ ਪਰ ਪੌੜੀ ਨੂੰ ਰੱਬ ਨਾ ਮੰਨ ਕੇ ਬਹਿ ਜਾਈ ਇਸੇ ਕਰਕੇ ਜਿਹੜੇ ਨਾਮੀ ਨੇ ਉਹਨਾਂ ਦਾ ਸਤਿਕਾਰ ਕਰੀ ਪੌੜੀ ਦੀ ਨਿਆਈ ਉਹਨਾਂ ਨੇ ਤੈਨੂੰ ਚਵਾਰੇ ਚਾੜ ਦੇਣਾ ਨਾ ਪੌੜੀ ਦਾ ਸਤਿਕਾਰ ਆ ਪਰ ਮਹਾਰਾਜ ਕਹਿੰਦੇ ਪੌੜੀ 'ਤੇ ਨਾ ਖਲੋ ਜਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੌੜੀ
ਉਹ ਚਵਾਰੇ ਚਾੜਦੀ ਆ ਨਾ ਪੌੜੀ ਦਾ ਸਤਿਕਾਰ ਆ, ਜਿਹੜੇ ਨਾਮੀ ਨੇ ਰੱਬ ਦੇ ਪਿਆਰੇ ਜੁੜੇ ਹੋਏ, ਉਹ ਆਪ ਜੁੜੇ ਨੇ, ਉਹਨਾਂ ਨੇ ਤੈਨੂੰ ਵੀ ਜੋੜ ਦੇਣਾ, ਆਪਣੇ ਵਰਗਾ ਬਣਾ ਲੈਣਗੇ। ਕਬੀਰ ਚੰਦਨ ਕਾ ਵਿਰਵਾ ਭਲਾ ਬੇੜੇ ਉਹ ਢਾਕ ਪਲਾਸ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਜਿਹੜਾ ਚੰਦਨ ਦੇ ਕੋਲ ਰਹਿਣ ਵਾਲਾ ਉਹਦੇ ਵਿੱਚੋਂ ਚੰਦਨ ਦੀ ਸੁਗੰਧ ਆਉਣ ਲੱਗ ਪੈਂਦੀ ਹੈ ਭਾਈ। ਇਸੇ ਕਰਕੇ ਵੇਖੀ ਕਿਤੇ ਬਾਂਸ ਵਾਂਗੂ ਖਾਲੀ ਨਾ ਰਹਿ ਜਾਈ, ਬਾਂਸ ਆ ਨਾ ਖਾਲੀ ਰਹਿੰਦਾ ਭਾਈ, ਚੰਦਨ ਦੇ ਨੇੜੇ ਵੀ ਭਾਵੇਂ ਹੋਵੇ। ਭਾਗਾਂ ਦੀ ਗੱਲ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਚੰਦਨ ਦੀ ਨਿਆਈ ਰੱਬ ਦੇ ਪਿਆਰਿਆਂ ਦਾ ਅਤੇ ਗੁਰੂ ਦਾ ਮੇਲਾ ਹੁੰਦਾ, ਭਾਗਾਂ ਵਾਲੇ ਹੁੰਦੇ ਨੇ। ਅਰਦਾਸ ਇਹ ਕਰਦੇ ਹਾਂ ਮਹਾਰਾਜ ਸਹੀ ਪਿਆਰੇ ਮੇਲ, ਜਿਹੜੀ ਬੇਨਤੀ ਕਰਨੀ ਚਾਹੁੰਦਾ ਮਹਾਰਾਜ ਜੀ ਕਰਿਓ ਕਿਰਪਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਜਿਨ੍ਹਾਂ ਨੂੰ ਮਿਲ ਕੇ ਖੋਟੀ ਮਤ ਦਾ ਨਾਸ਼ ਹੁੰਦਾ, ਉਹਨਾਂ ਦਾ ਮੇਲ ਹੋ ਜਾਏ। ਮਹਾਰਾਜ ਕਹਿੰਦੇ ਨੇ ਮਿੱਤਰ ਅਸਾਡੜੇ ਸਹੀ, ਬਿਰਲੇ ਬਿਰਲੇ ਨੇ ਉਹ ਤੇ ਬਿਰਲੇ ਨੇ, ਖਿਮਾ ਕਰੇ ਉਹ ਦੁਕਾਨਾਂ ਬੜੀਆਂ ਨੇ, ਦਰ ਬੜੇ ਨੇ, ਹਰ ਇੱਕ ਦਰ ਤੋਂ ਸੱਚ ਮਿਲੇਗਾ ਇਹ ਗਰੰਟੀ ਨਹੀਂ ਹੁੰਦੀ। ਭਾਗਾਂ ਵਾਲੇ ਨੇ ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਬਹਿੰਦੇ ਨੇ, ਸੁੱਖਾਂ ਦੇ ਘਰ ਵਰਗਾ ਘਰਾਂ ਵਿੱਚ ਬਹਿੰਦੇ ਹਨ, ਸਾਡੇ ਫਿਕਰ ਨਹੀਂ ਮੁੱਕਦੇ ਭਾਈ, ਲੈਣੇ ਦੇਣੇ ਦੇ ਘਾਟੇ ਵਾਧੇ ਦੇ ਦੁੱਖ ਨਹੀਂ ਮੁੱਕਦੇ। ਪਰ ਜਿੰਨਾ ਚਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿੰਦੇ ਹਾਂ, ਕੋਈ ਦੁੱਖ ਨੇੜੇ ਨਹੀਂ ਆਉਂਦਾ, ਕੋਈ ਚੇਤਾ ਵੀ ਨਹੀਂ ਆਉਂਦਾ ਘਾਟੇ ਵਾਧੇ ਦਾ, ਫਿਕਰ ਮੁੱਕ ਜਾਂਦੇ ਨੇ, ਚਿੰਤਾਵਾਂ ਮੁੱਕ ਜਾਂਦੀਆਂ ਨੇ। ਇਹ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪ੍ਰਤਾਪ, ਇਸੇ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿੰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ਾਂ ਆਉਣ ਲੱਗ ਪੈਂਦਾ। ਜੇ ਕਮਾਈ ਵਾਲਿਆਂ ਦੇ ਕੋਲੇ ਬੈਠਾਂਗੇ ਇਹ ਨਿਸ਼ਾਨੀ ਆ, ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਏ, ਮਹਾਰਾਜ ਕਹਿੰਦੇ ਨੇ ਇਹ ਨਿਸ਼ਾਨੀ ਆ ਕਮਾਈ ਦੀ, ਉਹਨਾਂ ਕੋਲ ਬਹਿ ਕੇ ਜੇ ਦੁਨਿਆਵੀ ਗੱਲਾਂ ਕਰਦਾ ਨਾ ਫਿਰ ਜਾਣੀ ਕਮਾਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਕੋਲ ਬੈਠੇ ਹਾਂ, ਖੋਟੀ ਮਤ ਦਾ ਨਾਸ਼ ਹੋ ਜਾਏ, ਮਹਾਰਾਜ ਕਹਿੰਦੇ ਨੇ ਜਿੰਨਾ ਦਸੰਦਣੇ ਆ ਦੁਰਮਤ ਵੰਝੇ, ਮਿੱਤਰ ਸਾਡੜੇ ਸਹੀ, ਉਹ ਨੇ ਸਾਡੇ ਮਿੱਤਰ ਜਿਨ੍ਹਾਂ ਨੂੰ ਮਿਲ ਕੇ ਖੋਟੀ ਮਤ ਦਾ ਨਾਸ਼ ਹੁੰਦਾ ਭਾਈ। ਮਨ ਗੁਰਮੁਖ ਬਣ ਜਾਏ, ਮਾੜੇ ਪਾਪਾਂ ਤੋਂ ਖਹਿੜਾ ਛੁੱਟ ਜਾਏ, ਚੰਗਿਆਈਆਂ ਆ ਜਾਣ ਜੀਵਨ ਵਿੱਚ, ਜਿਨ੍ਹਾਂ ਦੇ ਕੋਲ ਬਹਿੰਦਿਆਂ ਹੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪੈਂਦਾ ਮਨ, ਇਹ ਜਾਣੀ ਨਾਮ ਦੀ ਕਮਾਈ ਆ। ਜਿਨ੍ਹਾਂ ਕੋਲ ਬਹਿ ਕੇ ਦੁਨਿਆਵੀ ਗੱਲਾਂ ਹੀ, ਦੁਨਿਆਵੀ ਨਿੰਦਾ ਚੁਗਲੀ ਕਰਦੇ ਆ, ਜਿਨ੍ਹਾਂ ਦੇ ਕੋਲ ਬਹਿ ਕੇ, ਇਹ ਜਾਣੀ ਇਹ ਸਾਧੂ ਦੀ ਕਮਾਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਉਹ ਤੇ ਵਿਰਲੇ ਵਿਰਲੇ ਨੇ ਭਾਈ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ। ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ ਕਈ, ਇਹ ਤੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ,
ਮਹਾਰਾਜ ਕਹਿੰਦੇ ਨੇ ਲਾਲ ਰੰਗ ਇਹ ਨਾਮ ਦਾ ਗੂੜਾ ਰੰਗ ਲੱਗਦਾ ਹੀ ਉਹਨਾਂ ਨੂੰ ਆ ਜਿਨ੍ਹਾਂ ਦੇ ਵੱਡੇ ਭਾਗ ਹੋਣ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਉਹ ਤੇ ਵਿਰਲੇ ਵਿਰਲੇ ਨੇ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ, ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਵਿਰਲੇ 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 ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਸਾਈਆਂ ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਜੀ ਤੇਰੇ ਨਾਮ ਦੇ, ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ, ਵਿਰਲੇ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, 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 ਵਿਰਲੇ ਵਿਰਲੇ ਨੇ ਜਿਨ੍ਹਾਂ ਨੇ ਹਉਮੈ ਮਾਰੀ, 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 ਵਿਰਲੇ ਵਿਰਲੇ ਨੇ ਜੀ ਜਿਨ੍ਹਾਂ ਨੇ ਹਉਮੈ ਮਾਰੀ, ਵਿਰਲੇ ਵਿਰਲੇ
ਬਰਲੇ ਨੇ ਜਿਨ੍ਹਾਂ ਨੇ ਹਉਮੈ ਮਾਰੀ ਬਿਰਲੇ ਬਿਰਲੇ 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 ਨੇ ਜੀ ਜਿਨ੍ਹਾਂ ਨੇ ਹਉਮੈ ਮਾਰੀ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਸਾਈਆਂ ਨਾਮ ਦੇ ਵਪਾਰੀ ਤੇਰੇ ਨਾਮ ਦੇ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰ ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਗੁਰੂ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਥ ਦੇ ਜੱਗ ਮੈਂ ਉੱਤਮ ਕਾਢੀ ਹੈ। ਮਹਾਰਾਜ ਕਹਿੰਦੇ ਨੇ ਜੱਗ ਵਿੱਚੋਂ ਜੇ ਉੱਤਮ ਕੱਢਣੇ ਹੋਣ ਉੱਚੇ ਭਾਗਾਂ ਵਾਲੇ ਉੱਚੇ ਪ੍ਰਤਾਪ ਵਾਲੇ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਥ ਦੇ ਜੱਗ ਮੈਂ ਉੱਤਮ ਕਾਢੀ ਹੈ। ਮਹਾਰਾਜ ਕਹਿੰਦੇ ਨੇ ਜੇ ਉੱਤਮ ਕੱਢ ਲਈਏ ਉਹਨਾਂ ਦੀ ਗਿਣਤੀ ਕਰੀਏ ਸਤਿਗੁਰੂ ਗਿਆਨ ਕਰਾਉਂਦੇ ਨੇ ਕਹੋ ਨਾਨਕ ਕਿਰਪਾ ਕਰੇ ਮਾਲਕ ਕਿਰਪਾ ਕਰਨ ਜਿਸਨੂੰ ਇਹ ਬਥ ਦੇ ਜਿਹਨੂੰ ਇਹ ਕਿਰਪਾ ਦੇਣ ਜੱਗ ਮੈਂ ਉੱਤਮ ਕਾਢੀ ਹੈ ਬਿਰਲੇ ਕਈ ਕੇ। ਮਹਾਰਾਜ ਕਹਿੰਦੇ ਉਹ ਤਾਂ ਬਿਰਲੇ ਨੇ ਜਿਹੜੇ ਦਰਗਾਹ ਵਿੱਚੋਂ ਕਿਰਪਾ ਲੈ ਕੇ ਆਉਂਦੇ ਨੇ। ਆਖੋ ਸਤਨਾਮ। ਭਾਗਾਂ ਨਾਲ ਸਤਿਗੁਰ ਜੀ ਦਾ ਮੇਲਾ ਹੁੰਦਾ, ਭਾਗਾਂ ਨਾਲ ਸਤਿਗੁਰ ਜੀ ਦੇ ਪਿਆਰਿਆਂ ਦਾ ਮੇਲਾ ਹੁੰਦਾ। ਅਤੇ ਆਓ ਜੇ ਸਤਿਗੁਰ ਜੀ ਦੇ ਪਿਆਰ ਵਿੱਚ ਬੈਠੇ ਹਾਂ ਨਾ, ਮੇਲਾ ਹੋ ਜਾਏ ਪਿਆਰਿਆਂ ਦਾ, ਮਨ ਗੁਰਮੁਖ ਬਣ ਜਾਏ, ਮਨ ਨੀਵਾ ਹੋ ਜਾਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਮਿਲ ਜਾਏ, ਇਹ ਵੱਡੀ ਗੱਲ ਹੈ। ਪੀਵੋ ਪਹੁਲ ਖੰਡ ਤਹਾਰ ਹੋਏ ਜਨਮ ਸੁਹੇਲਾ। ਧੰਨ ਗੁਰੂ ਨਾਨਕ ਜੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਤਾਰਿਆ ਤਾਰਨ ਲਈ ਆਏ। ਅੱਜ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਰਦੇ ਨੇ। ਗੱਲ ਭਾਵਨਾ ਦੀ ਹੈ ਭਾਈ, ਭਾਵਨਾ ਬਣੇਗੀ ਬੇੜੇ ਪਾਰ ਨੇ, ਜੇ ਭਾਵਨਾ ਨਹੀਂ ਤਾਂ ਖਾਲੀ। ਹਾਂਜੀ, ਭਾਵਨਾ ਬਣੇਗੀ ਕਿਵੇਂ? ਮਹਾਰਾਜ ਕਹਿੰਦੇ ਨੇ ਸਾਧ ਸੰਗਤ ਵਿੱਚ ਆਇਆ ਕਰ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਤ ਸੰਗ ਦੀਆਂ ਘੜੀਆਂ ਦਾ ਰਸ ਲਿਆ ਕਰ, ਆਨੰਦ ਮਾਣਿਆ ਕਰ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾਭ ਸੋਲਾਭ। ਕਬੀਰ ਸਗਲੀ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਭਾਵੇਂ ਸੰਗਤ ਵਿੱਚ ਕੋਈ ਆ ਜਾਏ,
ਭਾਵੇਂ ਚੋਰ ਵੀ ਚੱਲ ਕੇ ਆ ਜਾਏ, ਮਹਾਰਾਜ ਕਹਿੰਦੇ ਉਹਨੂੰ ਘਾਟਾ ਨਹੀਂ ਲਾਹਾ ਹੀ ਲਾਹਾ ਹੈ। ਕਿਵੇਂ? ਕਿਉਂਕਿ ਜੇ ਚੋਰ ਆ ਕੇ ਬਹਿ ਗਿਆ ਸੰਗਤ ਵਿੱਚ, ਇਹ ਨਹੀਂ ਹੁੰਦਾ ਵੀ ਸਾਰੇ ਚੋਰ ਬਣ ਜਾਣਗੇ। ਨਹੀਂ ਭਾਈ, ਜੇ ਸੰਗਤ ਵਿੱਚ ਚੋਰ ਵੀ ਆ ਗਿਆ, ਚੋਰ ਦਾ ਰੰਗ ਸੰਗਤ 'ਤੇ ਨਹੀਂ ਚੜ੍ਹਦਾ, ਉਲਟਾ ਸੰਗਤ ਦਾ ਜਿਹੜਾ ਰੰਗ ਆ ਉਹ ਚੋਰ 'ਤੇ ਚੜ੍ਹ ਜਾਂਦਾ, ਉਹ ਵੀ ਗੁਰਮੁਖ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਧਰਤੀ ਭਾਰ ਨਾ ਵਿਆਪੀ, ਧਰਤੀ ਨੂੰ ਭਾਰ ਨਹੀਂ ਵਿਆਪਦਾ, ਉਹਨੂੰ ਕੋ ਲਾਹੂ ਲਾਹੇ, ਉਹਨੂੰ ਵੀ ਲਾਹਾ ਹੀ ਲਾਹਾ ਹੈ। ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਤਾਂਘ ਪੈਂਦੀ ਆ ਜੀਵਨ ਵਿੱਚ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਇਹ ਹਰ ਕੋਈ ਨਹੀਂ ਮੰਗਦਾ। ਓਏ ਖਿਮਾ ਕਰਿਓ ਭਾਈ, ਦੁਨੀਆਂ ਦੇ ਲੋਕੀ ਦੁਨਿਆਵੀ ਸੁੱਖ ਮੰਗਦੇ ਨੇ, ਮਾਇਆ ਮਿਲ ਜਾਏ, ਧੀਆਂ ਪੁੱਤਰਾਂ ਦੇ ਸੁੱਖ ਮਿਲ ਜਾਣ, ਸੋਹਣੀ ਕੋਠੀ ਬਣ ਜਾਏ, ਸੋਹਣੀ ਗੱਡੀ ਹੋਵੇ, ਆ ਰਸਾਂ ਕਸਾਂ ਪਿੱਛੇ ਭੱਜਦੇ ਨੇ ਦੁਨਿਆਵੀ ਲੋਕ। ਪਰ ਨਹੀਂ, ਜਿਹੜੇ ਪਿਆਰ ਵਾਲੇ ਨੇ ਉਹ ਕਹਿੰਦੇ ਨੇ ਦਾਤਾ ਜੀ, ਦਾਤਾ ਦੇ ਤੇ ਭਾਵੇਂ ਨਾ ਦੇ ਸਰ ਜਾਏਗਾ, ਦਾਤਾ ਜੀ ਸਾਨੂੰ ਤੇ ਤੇਰੀ ਲੋੜ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਪਾਇਆ ਉਹ ਤੇ ਹਰ ਵੇਲੇ ਕਹਿੰਦੇ ਨੇ ਤੇਰੇ ਸੇਵਕਾਂ ਨੂੰ ਸਾਈਆਂ ਤੇਰੀਆਂ ਨੇ ਲੋੜ, ਤੇਰੇ ਸੇਵਕਾਂ ਨੂੰ ਸਾਈਆਂ ਤੇਰੀਆਂ ਨੇ ਲੋੜ, ਸੇਵਕਾਂ ਨੂੰ ਸਾਈਆਂ ਤੇਰੀਆਂ ਨੇ ਲੋੜ, ਤੇਰੇ 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 ਸੇਵਕਾਂ ਨੂੰ ਸਾਈਆਂ ਤੇਰੀਆਂ ਨੇ ਲੋੜ। ਜੇ ਤੂੰ ਹੀ ਮਿਲ ਜਾਵੇਂ, ਤੂੰ ਹੀ ਮਿਲ ਜਾਵੇਂ, ਜੇ 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 ਤੂੰ ਹੀ ਮਿਲ ਜਾਵੇਂ, ਤੂੰ ਹੀ ਮਿਲ ਜਾਵੇਂ, ਤੂੰ ਹੀ ਮਿਲ ਜਾਵੇਂ, ਜੇ ਤੂੰ ਹੀ ਮਿਲ ਜਾਵੇਂ, ਤੂੰ ਹੀ ਮਿਲ ਜਾਵੇਂ, ਜੇ ਤੂੰ ਹੀ ਮਿਲ ਜਾਵੇਂ, ਜੇ ਤੂੰ ਹੀ ਮਿਲ ਜਾਵੇਂ, ਫਿਰ ਕਾਦੀਆਂ ਨੇ ਥੋੜਾ, ਤੂੰ ਹੀ ਮਿਲ ਜਾਵੇਂ ਸਾਈਆਂ ਕਾਦੀਆਂ ਨੇ ਥੋੜਾ, ਤੂੰ ਹੀ ਮਿਲ ਜਾਵੇਂ ਫਿਰ ਕਾਦੀਆਂ ਨੇ ਥੋੜਾ, ਜੇ ਤੂੰ ਹੀ ਮਿਲ ਜਾਵੇਂ ਫਿਰ ਕਾਦੀਆਂ ਨੇ ਥੋੜਾ, ਜਾਵੇ ਫਿਰ
ਆਦਿਆਨ ਤੋੜਾ ਤੇਰੇ ਸੇਵਕਾਂ ਨੂੰ ਸਾਈਆਂ ਤੇਰੀਆਂ ਨੇ ਲੋੜਾ 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 ਤੇਰੇ ਸੇਵਕਾਂ ਨੂੰ ਦਾਤਾ ਤੇਰੀਆਂ ਨੇ ਲੋੜਾਂ ਪਿਆਰ ਵਾਲੇ ਉਹ ਤੇ ਕਹਿਣਗੇ ਦਾਤਾ ਜੀ ਤੇਰੀਆਂ ਲੋੜਾਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੂੰ ਹੀ ਮਿਲ ਜਾਵੇਂ ਜਿਨ੍ਹਾਂ ਨੂੰ ਤੂੰ ਮਿਲ ਜਾਵੇਂ ਫਿਰ ਕਾਹਦੀਆਂ ਨੇ ਥੋੜਾ ਉਹਨਾਂ ਨੂੰ ਘਾਟਾ ਨਹੀਂ ਭਾਈ ਓਏ ਘਾਟਾ ਉਹਨਾਂ ਨੂੰ ਆ ਜਿਹੜੇ ਬੇਮੁੱਖ ਹੁੰਦੇ ਨੇ ਘਾਟਾ ਉਹਨਾਂ ਨੂੰ ਆ ਜਿਨ੍ਹਾਂ ਦਾ ਦਾਤਾਂ ਨਾਲ ਪਿਆਰ ਆ ਨਾਨਕ ਗੁਰਬਿਨ ਘਾਟੇ ਘਾਟ ਭਾਈ ਗੁਰੂ ਤੋਂ ਬਿਨਾਂ ਵਾਧਾ ਨਹੀਂ ਹੁੰਦਾ ਭਾਈ ਗੁਰੂ ਤੋਂ ਬਿਨਾਂ ਘਾਟਾ ਹੀ ਘਾਟਾ ਰਹੇਗਾ ਭਾਗਾਂ ਵਾਲੇ ਉਹਨੇ ਜਿਹੜੇ ਮਾਲਕ ਦੇ ਬਣ ਜਾਣ ਜੋ ਮੰਗੇ ਠਾਕੁਰ ਆਪਣੇ ਆਪਣੇ ਅਤੇ ਜਿਨ੍ਹਾਂ ਨੇ ਆਪਣਾ ਬਣਾਇਆ ਮਾਲਕ ਨੂੰ ਜਿਹੜੇ ਆਪਣਾ ਬਣਾ ਕੇ ਮੰਗਦੇ ਨੇ ਨਹੀਂ ਤਾਂ ਖਿਮਾ ਕਰਿਓ ਹਾਲ ਇੱਦਾਂ ਦਾ ਭਾਈ ਕਹਿੰਦੇ ਇੱਦਾਂ ਜਿਹੜੇ ਗੁਰੂ ਵਾਲੇ ਬਣ ਕੇ ਨਹੀਂ ਮੰਗਦੇ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦੇ ਜਦੋਂ ਮੰਗਦੇ ਨੇ ਉਹ ਇੱਦਾਂ ਲੱਗਦਾ ਜਿਵੇਂ ਬਾਹਰ ਖਲੋ ਕੇ ਮੰਗਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਹਰ ਖਲੋ ਕੇ ਮੰਗਦੇ ਨੇ ਵੀ ਆਹ ਵੀ ਮਿਲ ਜੇ ਆਹ ਵੀ ਮਿਲ ਜੇ ਮਿਲ ਜਾਏਗਾ ਨਹੀਂ ਕਿਸੇ ਸਰਦਾਰ ਦੀ ਕੋਠੀ ਅੱਗੇ ਜਾ ਕੇ ਕਹਿ ਦਿਓ ਸਰਦਾਰਾ ਮੈਂ ਤੇਰੇ ਅੰਦਰ ਨਹੀਂ ਆਉਣਾ ਮੈਨੂੰ ਤੇਰਾ ਮੋਟਰਸਾਈਕਲ ਚਾਹੀਦਾ ਮਿਲ ਜਾਏਗਾ ਨਹੀਂ ਓਏ ਤੇ ਪਤਾ ਨਹੀਂ ਜਾ ਕੇ ਕਿੰਨਾ ਕੁ ਨੀਵਾਂ ਹੋਣਾ ਪੈਂਦਾ ਕਿਵੇਂ ਕਿਵੇਂ ਤਰਲਾ ਕਰਨਾ ਪੈਂਦਾ ਬਾਹਰ ਖਲੋ ਕੇ ਮੰਗਾਂਗੇ ਭਾਵੇਂ ਅੰਦਰ ਖਲੋਤਾ ਹੋਵੇ ਮੋਟਰਸਾਈਕਲ ਨਹੀਂ ਮਿਲੇਗਾ ਮਨ ਨੀਵਾਂ ਕਰਕੇ ਜਾਵਾਂਗੇ ਤਾਂ ਕਿਤੇ ਮਨ ਮਿਹਰ ਪਏਗੀ ਤਾਂ ਦਏਗਾ ਨਹੀਂ ਤੇ ਬਹਾਨਾ ਮਾਰੇਗਾ ਮੇਰਾ ਮੁੰਡਾ ਲੈ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੜਾ ਭਾਵੇਂ ਅੰਦਰੇ ਹੋਵੇ ਮੋਟਰਸਾਈਕਲ ਜੇ ਬਾਹਰ ਖਲੋ ਕੇ ਮੰਗੇਗਾ ਓਏ ਨਹੀਂ ਮਿਲਦਾ ਭਾਈ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆ ਹੇ ਮਾਲਕਾ ਮੈਂ ਤੇਰਾ ਮੈਨੂੰ ਆਪਣਾ ਬਣਾ ਕੇ ਰੱਖ ਲਓ ਮਹਾਰਾਜ ਕਿਰਪਾ ਹੀ ਕਰਿਓ ਜਿਹੜੇ ਮਾਲਕ ਨੂੰ ਆਪਣਾ ਬਣਾ ਕੇ ਮੰਗਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਆਪਣੇ ਤੇ ਸੋਈ ਸੋਈ ਦੇਵੇ ਧੰਨ ਗੁਰੂ ਨਾਨਕ ਜੀ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਜੰਗਲ ਵੀ ਐਵਾਨ ਦੀ ਧਰਤੀ ਸਮਾਧੀ ਵਿੱਚ ਬੈਠੇ ਨੇ ਨਾਲ ਭਾਈ ਬਾਲਾ ਤੇ ਮਰਦਾਨਾ ਇੱਕ ਬਾਬਾ ਅਕਾਲ ਰੂਪ ਭਾਈ ਗੁਰਦਾਸ ਜੀ ਮੋਹਰ ਲਾਉਂਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਕਮਾਈ ਵਾਲਿਆਂ ਦੇ ਕੋਲੇ ਬਹਿਣਾ ਇਹ ਭਾਗਾਂ ਦੀ ਗੱਲ ਆ ਕਮਾਈ ਵਾਲਿਆਂ ਦੇ ਨਾਲ ਨਾਲ ਰਹਿਣਾ ਇਹ ਭਾਗਾਂ ਦੀ ਗੱਲ ਆ ਪਰ ਕਮਾਈ ਵਾਲਿਆਂ ਦੇ ਹਿਰਦੇ ਵਿੱਚ ਬਹਿਣਾ ਓਏ ਕਮਾਈ ਵਾਲੇ ਮੁੱਖੋਂ ਨਾਂ ਲੈ ਕੇ ਬੁਲਾ ਲੈਣ ਮੁੱਖੋਂ ਕਮਾਈ ਵਾਲੇ ਮੁੱਖ ਵਿੱਚੋਂ ਨਾਂ ਲੈ ਦੇਣ ਇਹ ਭਾਗਾਂ ਦੀ ਗੱਲ ਹੁੰਦੀ ਹੈ ਭਾਵ ਉਹਨਾਂ ਦੇ ਹਿਰਦੇ ਵਿੱਚ ਬਹਿਣਾ ਇਹ ਭਾਗਾਂ ਦੀ ਗੱਲ ਹੈ ਧੰਨ ਸਨ ਭਾਈ
ਬਾਲਾ ਤੇ ਮਰਦਾਨਾ ਸਾਰੀ ਉਮਰ ਸੇਵਾਦਾਰ ਬਣ ਕੇ ਰਹੇ, ਕਹਿ ਦੇਣਾ ਸੌਖਾ, ਸਾਰੀ ਉਮਰ ਪ੍ਰੇਮ ਨਿਭਾਉਣਾ ਇਹ ਤਾਂ ਬੜਾ ਹੀ ਔਖਾ ਭਾਈ। ਬੜੀ ਦੁਨੀਆ ਪ੍ਰੇਮ ਪਾਉਂਦੀ ਆ, ਤੂੰ ਸਾਡਾ ਅਸੀਂ ਤੇਰੇ, ਪਰ ਨਹੀਂ ਟੁੱਟ ਜਾਂਦੀ ਆ ਨਾ ਪ੍ਰੀਤੀ, ਫਰਕ ਪੈ ਜਾਂਦਾ ਭਾਈ। ਪਰ ਧੰਨ ਸਨ ਭਾਈ ਬਾਲਾ ਤੇ ਮਰਦਾਨਾ, ਭਾਈ ਗੁਰਦਾਸ ਜੀ ਮੋਹਰ ਲਾਉਂਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਚਾਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਗੰਗਾ ਨਹਾਉਣ ਵਾਲਾ ਤੂੰ ਚਮਕੇ ਦਾ ਪੁਜਾਰੀ, 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 ਚਮਕੇ ਦਾ ਪੁਜਾਰੀ, ਲੱਗੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾਲ ਯਾਰੀ, ਲੱਗੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾਲ ਯਾਰੀ, ਲੱਗੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾਲ ਯਾਰੀ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ,
ਸਾਸ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਤਾਰ ਪਿਆ ਚੌਰ ਦੂਜੇ ਹੱਥ ਫੱਬੇ ਹਾਂ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਤਾਰ ਪਿਆ ਛੇੜੇ ਚਾਰ ਦੂਜੇ ਹੱਥ ਫੱਬੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਮਰਦਾਨਾ ਜੀ ਨਾਲ ਨਾਲ ਰਹੇ ਭਾਈ ਬਾਲਾ ਜੀ ਸਾਰੀ ਉਮਰ ਪ੍ਰੇਮ ਨਿਭਾਇਆ ਧੰਨ ਗੁਰੂ ਨਾਨਕ ਜੀ ਦੇ ਨਾਲ ਨਾਲ ਰਹੇ ਅੱਜ ਜੰਗਲ ਵੀ ਆ ਵਾਨ ਦੀ ਧਰਤੀ ਆ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਧੰਨ ਗੁਰੂ ਨਾਨਕ ਜੀ ਕਈ ਘੰਟੇ ਸਮਾਧੀ ਵਿੱਚ ਬੈਠਿਆਂ ਲੰਘ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਾਧੀ ਵਿੱਚ ਬਹਿ ਕੇ ਰੱਬੀ ਬਾਣੀ ਦਾ ਕੀਰਤਨ ਕੀਤਾ ਕਈ ਘੰਟੇ ਲੰਘ ਗਏ ਦੁਪਹਿਰ ਦਾ ਵੇਲਾ ਵੀ ਲੰਘ ਗਿਆ ਢਲ ਗਈ ਦੁਪਹਿਰ ਅਤੇ ਇੱਕ ਬੀਬੀ ਆਪਣੇ ਖੇਤਾਂ ਵੱਲ ਲੰਘ ਰਹੀ ਆ ਕੰਨਾਂ ਵਿੱਚ ਆਵਾਜ਼ ਪਈ ਕੀਰਤਨ ਦੀ ਬੜੀ ਮਿੱਠੀ ਧੁਨ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰਾ ਕਾਮ ਤੇਰਾ ਉਹ ਕੀਰਤਨ ਕਰ ਜਿਹੜਾ ਇੱਥੇ ਵੀ ਸਹਾਈ ਹੋਵੇ ਅਤੇ ਅੱਗੇ ਦਰਗਾਹ ਵਿੱਚ ਵੀ ਸਹਾਈ ਹੋਵੇ ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੇ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰ ਉਧਾਰ ਇਹ ਜਿਹੜਾ ਕੀਰਤਨ ਆ ਮਹਾਰਾਜ ਕਹਿੰਦੇ ਨੇ ਕਲਯੁਗ ਵਿੱਚ ਉਧਾਰ ਹੋਣਾ ਤੇਰਾ ਪ੍ਰਧਾਨ ਹੈ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਜਿਹੜੇ ਗੁਰਮੁਖ ਨੇ ਉਹ ਤੇ ਧਿਆਨ ਜੋੜਦੇ ਨੇ ਸਮਾਧੀ ਵਿੱਚ ਬਹਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਨਹੀਂ ਸੱਜੇ ਖੱਬੇ ਵਹਿੰਦੇ ਵੀ ਮੇਰੇ ਨਾਲ ਕੌਣ ਆ ਗਿਆ ਜਾਂ ਮੇਰੇ ਕੋਲੇ ਕੌਣ ਬੈਠਾ ਉਹਨੇ ਕਿੱਦਾਂ ਦੇ ਕੱਪੜੇ ਪਾਏ ਕਿੱਦਾਂ ਦੀ ਪੱਗ ਬੰਨੀ ਹੋਈ ਆ ਨਹੀਂ ਨਹੀਂ ਮਹਾਰਾਜ ਕਹਿੰਦੇ ਨੇ ਗੁਰਮੁਖ ਜਪੀਏ ਲਾਏ ਧਿਆਨਾ ਧਿਆਨ ਜੋੜਦੇ ਨੇ ਭਾਈ ਸਮਾਧੀ ਵਿੱਚ ਬਹਿੰਦੇ ਨੇ ਫਲ ਵੇਖੋ ਕਿੱਡਾ ਵੱਡਾ ਆਪ ਤਰੇ ਸਗਲੇ ਕੁੱਲ ਤਾਰੇ ਹਰਦਰ ਗਏ ਪਤ ਸਿਉ ਜਾਏਂਦਾ ਜਾਏਂਦਾ
ਆਪ ਤੇ ਤਰੇਗਾ, ਸਾਰੀਆਂ ਕੁੱਲਾਂ ਵੀ ਤਰ ਜਾਂਦੀਆਂ ਨੇ ਉਹਦੀਆਂ, ਦਰਗਾਹ ਵਿੱਚ ਵੀ ਉਹਦੀ ਜੈ ਜੈਕਾਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਧੰਨ ਗੁਰੂ ਨਾਨਕ ਜੀ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਮੇਰੇ ਕਰ ਮਨ ਮੇਰੇ, ਮੇਰੇ ਕਰ ਮਨ ਮੇਰੇ, ਮੇਰੇ ਕਰ ਮਨ ਮੇਰੇ, ਮੇਰੇ ਕਰ ਮਨ ਮੇਰੇ। ਮੇਰੇ ਕਰ ਮਨ ਮੇਰੇ, ਮੇਰੇ ਕਰ ਮਨ ਮੇਰੇ ਜੀ, ਕਰ ਮਨ ਮੇਰੇ ਜੀ, ਮੇਰੇ ਕਰ ਮਨ ਮੇਰੇ, ਮੇਰੇ ਕਰ ਮਨ ਮੇਰੇ ਜੀ, ਮੇਰੇ ਕਰ ਮਨ ਮੇਰੇ ਜੀ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਜੀ ਕਰ ਮਨ ਮੇਰੇ, ਕਰ ਮਨ ਮੇਰੇ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ। ਉਹ ਕੀਰਤਨ ਕਰ ਜਿਹੜਾ ਇੱਥੇ ਵੀ ਸਹਾਈ ਹੋਵੇ ਅਤੇ ਅੱਗੇ ਦਰਗਾਹ ਵਿੱਚ ਵੀ ਸਹਾਈ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ, ਪੁਕਾਰ ਨਾਨਕ ਕਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕੀਰਤਨ ਦੀਆਂ ਮਿੱਠੀਆਂ ਧੁਨਾ ਇਹ ਬੀਬੀ ਦੇ ਕੰਨਾਂ ਵਿੱਚ ਆਵਾਜ਼ ਪਈ, ਬੜੀ ਮਿੱਠੀ ਆਵਾਜ਼। ਧੰਨ ਗੁਰੂ ਨਾਨਕ ਜੀ, ਕੀਰਤਨ ਕਰਦੇ ਹੋਣ ਕਿੰਨੇ ਭਾਗਾਂ ਵਾਲੀ ਰੂਹ ਹੋਏਗੀ, ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚੋਂ ਆਵਾਜ਼ ਪੈਂਦੀ ਹੈ ਭਾਗਾਂ ਵਾਲੇ ਹੋਣਗੇ। ਇਹ ਬੀਬੀ ਆਪਣੇ ਖੇਤਾਂ ਵੱਲ ਲੰਘ ਰਹੀ ਹੈ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਪਰ ਕੀਰਤਨ ਕਰਨ ਵਾਲੇ ਕੌਣ ਨੇ ਨਹੀਂ ਪਤਾ ਲੱਗ ਰਿਹਾ। ਸੱਜੇ ਖੱਬੇ ਤੱਕਦੀ ਹੈ,
ਵੀ ਕੌਣ ਨੇ ਕੀਰਤਨ ਕਰਨ ਵਾਲੇ ਉਹ ਨਜ਼ਰ ਨਹੀਂ ਆਉਂਦੇ। ਫਿਰ ਹੱਥ ਜੋੜੇ ਅਰਦਾਸ ਕੀਤੀ, ਮਹਾਰਾਜ ਆਪ ਜੀ ਕੌਣ ਹੋ, ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਜਦੋਂ ਮਨੋਂ ਅਰਦਾਸ ਕਰਕੇ ਤੁਰੀਏ ਭਾਈ, ਫਿਰ ਖੈਰ ਪੈਂਦੀ ਹੈ। ਅਰਦਾਸ ਕੀਤੀ, ਮਹਾਰਾਜ ਕੌਣ ਹੋ ਦਰਸ਼ਨ ਦਿਓ। ਅਰਦਾਸ ਕਰਕੇ ਜਦੋਂ ਸਾਹਮਣੇ ਗਈ, ਤਿੰਨ ਸਰੀਰ ਬੈਠੇ ਨੇ, ਧੰਨ ਗੁਰੂ ਨਾਨਕ ਜੀ ਅਤੇ ਨਾਲ ਭਾਈ ਬਾਲਾ ਜੀ ਅਤੇ ਮਰਦਾਨਾ ਜੀ। ਚਰਨਾਂ 'ਤੇ ਜਾ ਮੱਥਾ ਟੇਕਿਆ। ਥੋੜ੍ਹੀ ਦੇਰ ਬਾਅਦ ਮਹਾਰਾਜ ਨੇ ਨੇਤਰ ਖੋਲ੍ਹੇ। ਧੰਨ ਗੁਰੂ ਨਾਨਕ ਜੀ ਨੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ, ਨਦਰ ਨਿਹਾਰ। ਦਰਸ਼ਨ ਕਰਕੇ ਹੀ ਨਿਹਾਲ ਹੁੰਦਾ ਹਿਰਦਾ ਪ੍ਰੇਮ ਵਾਲਿਆਂ ਦਾ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾ ਸਾਹਮਣੇ ਸਾਹਮਣੇ ਪਿਆਰ ਵਾਲੇ। ਉਹ ਤਾਂ ਹਰ ਵੇਲੇ ਕਹਿੰਦੇ ਨੇ ਤਖਤਾਂ ਦੇ ਮਾਲਕ ਨੇ ਸਤਿਗੁਰ ਜੀ, ਭਾਗਾਂ ਵਾਲੇ ਦਰਸ਼ਨ ਕਰਦੇ ਨੇ ਸਤਿਗੁਰ ਜੀ ਦੇ ਪਿਆਰ ਵਾਲੇ। ਉਹ ਤਾਂ ਹਰ ਵੇਲੇ ਹੀ ਉਹਨਾਂ ਦੀ ਭਾਵਨਾ ਇਹ ਹੁੰਦੀ ਹੈ ਬਈ ਮੇਰੇ ਗੁਰੂ ਵਰਗਾ, ਮੇਰੇ ਮਾਲਕ ਵਰਗਾ ਦੂਜਾ ਹੈ ਹੀ ਕੋਈ ਨਹੀਂ। ਅਤਿ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਤਖਤਾਂ ਦੇ ਮਾਲਕ ਨੇ ਸਤਿਗੁਰ ਮੇਰੇ, ਸਤਿਗੁਰ ਮੇਰੇ। ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਸਤਿਗੁਰ ਮੇਰੇ, ਸਤਿਗੁਰ ਮੇਰੇ। ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਦੇ ਮਾਲਕ ਨੇ ਆਏ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਸਤਿਗੁਰ ਮੇਰੇ, ਤਖਤਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ। ਮੇਰੇ ਭਾਗ ਵਡੇਰੇ ਨੇ, ਭਾਗ ਵਡੇਰੇ ਨੇ, ਮੇਰੇ ਭਾਗ ਵਡੇਰੇ ਨੇ, ਭਾਗ ਵਡੇਰੇ ਮੇਰੇ
ਡੇਰੇ ਨੇ ਮੈਨੂੰ ਦਰਸ਼ਨ ਹੋ ਗਏ ਤੇਰੇ ਭਾਗ ਵਡੇਰੇ ਨੇ ਦਰਸ਼ਨ ਹੋ ਗਏ ਤੇਰੇ ਭਾਗ ਵਡੇਰੇ ਨੇ ਮੈਨੂੰ ਦਰਸ਼ਨ ਹੋ ਗਏ ਤੇਰੇ ਮੇਰੇ ਭਾਗ ਵਡੇਰੇ ਨੇ ਭਾਗ ਵਡੇਰੇ ਨੇ ਮੈਨੂੰ ਦਰਸ਼ਨ ਹੋ ਗਏ ਤੇਰੇ ਸਤਿਤਾਂ ਦੇ ਮਾਲਕ ਨੇ ਸਤਿਤਾਂ ਦੇ ਮਾਲਕ ਨੇ ਸਤਿਗੁਰ ਨੇ ਸਤਿਸਾਂ ਦੇ ਮਾਲਕ ਨੇ ਮੇਰੇ ਸਤਿਗੁਰ ਨੇ ਸਤਿਸਾਂ ਦੇ ਮਾਲਕ ਨੇ ਮੇਰੇ ਸਤਿਗੁਰ ਨੇ ਸਤਿਸਾਂ ਦੇ ਮਾਲਕ ਨੇ ਮੇਰੇ ਸਤਿਗੁਰ ਮੇਰੇ ਸਤਿਸਾਂ ਦੇ ਮਾਲਕ ਨੇ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਰ ਅਤਿ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਕੋਟ 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 ਲੱਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੈ ਮਹਿਲ ਨਾ ਪਾਵੈ ਸੁਹਾਵੀ ਕੌਣ ਸੋ ਮੇਲਾ ਸੁਹਾਵੀ ਕੌਣ ਸੋ ਵੇਲਾ ਮਹਾਰਾਜ ਕਹਿੰਦੇ ਨੇ ਜਿੱਤ ਪ੍ਰਭ ਮੇਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਘੜੀ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜਾ ਜਿੱਤ ਡਿੱਠਾ ਗੁਰਦਰਸਾਰ ਉਹ ਘੜੀਆਂ ਧਨ ਨੇ ਉਹ ਵੇਲਾ ਧਨ ਨਾ ਭਾਈ ਜਦੋਂ ਸਤਿਗੁਰ ਜੀ ਦੇ ਦੀਦਾਰ ਹੁੰਦੇ ਨੇ ਦਰਸ਼ਨ ਹੁੰਦੇ ਨੇ ਉਹ ਘੜੀਆਂ ਧਨ ਧਨ ਨੇ ਮਹਾਰਾਜ ਕਹਿੰਦੇ ਨੇ ਅਤੇ ਵੇਖੋ ਸਾਹਮਣੇ ਧੰਨ ਗੁਰੂ ਨਾਨਕ ਜੀ ਦੇ ਦਰਸ਼ਨ ਹੋ ਗਏ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸਾਹਮਣੇ ਸਤਿਗੁਰ ਜੀ ਨੇ ਬਚਨ ਕੀਤਾ ਭਾਈ ਮੰਗਣਾ ਕੁਝ ਮੰਗ ਲਓ ਇਹ ਦਿਆਲਤਾ ਹੈ ਸਤਿਗੁਰ ਜੀ ਦੀ ਇੱਕ ਮੰਗਦੇ ਨੇ ਇੱਕ ਨਾ ਤੇ ਸਤਿਗੁਰ ਦੀ ਰਹਿਮਤ ਹੈ ਮਹਾਰਾਜ ਕਹਿੰਦੇ ਨੇ ਮੰਗਣਾ ਕੁਝ ਮੰਗ ਲਓ ਇਹ ਬੀਬੀ ਨੇ ਹੱਥ ਜੋੜੇ ਮਹਾਰਾਜ ਮੇਰਾ ਮਨ ਕਰਦਾ ਮੈਂ ਤੁਹਾਨੂੰ ਜਲ ਪਾਣੀ ਛਕਾਵਾਂ ਲਿਆ ਕੇ ਮਹਾਰਾਜ ਛਕਦੇ ਕੀ ਹੋ ਸਤਿਗੁਰ ਜੀ ਇਹ ਕਿਰਪਾ ਕਰੋ ਮਹਾਰਾਜ ਕਹਿੰਦੇ ਨੇ ਅਸੀਂ ਸੰਸਾਰ ਆਸਰੇ ਨਹੀਂ ਭਾਈ ਅਸੀਂ ਤੇ ਨਿਰੰਕਾਰ ਦੇ ਆਸਰੇ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਰਬਾਰ ਟੁੱਪਰ ਖਰਚ ਮੰਗਾਂ ਜਬੈ ਦੇ ਤਾਂ ਖਾਹੇ ਜਦੋਂ ਮਾਲਕ ਘੱਲੇਗਾ ਛਕ ਲੈਂਦੇ ਹਾਂ ਇਹ ਬੀਬੀ ਨੇ ਹੱਥ ਜੋੜੇ ਮਹਾਰਾਜ ਕਿਰਪਾ ਕਰੋ ਮੇਰੀ ਭਾਵਨਾ ਇਹ ਆ ਮੈਂ ਤੁਹਾਨੂੰ ਦੁੱਧ ਛਕਾਵਾਂ ਲਿਆ ਕੇ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਕਿਰਪਾ ਕਰੋ ਮਹਾਰਾਜ ਨੇ
ਇੰਨਾ ਵਚਨ ਕੀਤਾ ਭਾਈ ਤੇਰੀ ਭਾਵਨਾ ਹੈ, ਇਹ ਕਹਿ ਦਿੱਤਾ ਤੇਰੀ ਭਾਵਨਾ। ਇਹ ਬੀਬੀ ਘਰੇ ਆਈ, ਦੁੱਧ ਗਰਮ ਕੀਤਾ, ਭਾਂਡੇ ਵਿੱਚ ਪਾਇਆ ਅਤੇ ਨੰਗੇ ਪੈਰੀਂ ਤੁਰ ਕੇ ਗਈ ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵੱਲ। ਵਾਹਿਗੁਰੂ 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 ਆਪ ਮੁਹਾਰੇ, ਮੁੱਖ ਵਿੱਚੋਂ ਆਵੇ ਭਾਗਾਂ ਦੀ ਗੱਲ। ਕਬੀਰ ਸੋਈ ਮੁੱਖ ਧੰਨ ਹੈ, ਜਾ ਮੁੱਖ ਕਹੀ ਹੈ ਰਾਮ, ਉਹ ਮੁੱਖੜਾ ਵੀ ਧੰਨ ਆ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ਾ ਜਿਹੜੇ ਮੁੱਖ ਵਿੱਚੋਂ ਆਉਂਦਾ ਨਾ, ਉਹ ਮੁੱਖੜਾ ਵੀ ਧੰਨਤਾ ਦੇ ਯੋਗ ਆ। ਕਬੀਰ ਸੋਈ ਮੁੱਖ ਧੰਨ ਹੈ, ਧੰਨ ਹੈ, ਜਾ ਮੁੱਖ ਕਹੀ ਹੈ ਰਾਮ, ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ ਗ੍ਰਾਮ। ਵਾਹਿਗੁਰੂ ਵਾਹਿਗੁਰੂ ਜਪਦੇ ਆ ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਗਈ, ਜਾ ਚਰਨਾਂ 'ਤੇ ਮੱਥਾ ਟੇਕਿਆ ਅਤੇ ਚਾਰ ਹਿੱਸਿਆਂ ਵਿੱਚ ਦੁੱਧ ਪਾਇਆ, ਧੰਨ ਗੁਰੂ ਨਾਨਕ ਜੀ ਨੇ ਛਕਿਆ, ਭਾਈ ਬਾਲੇ ਅਤੇ ਮਰਦਾਨੇ ਨੇ ਛਕਿਆ, ਇਹ ਬੀਬੀ ਨੇ ਵੀ ਥੋੜ੍ਹਾ ਛਕ ਲਿਆ। ਮਹਾਰਾਜ ਦਇਆ ਦੇ ਘਰ ਵਿੱਚ ਆਏ, ਖੁਸ਼ ਹੋਏ, ਭਾਈ ਬੀਬਾ ਮੰਗਣਾ ਕੁਝ ਮੰਗ ਲਓ। ਜਦੋਂ ਇੱਦਾਂ ਕਿਹਾ ਮਹਾਰਾਜ ਨੇ ਕੁਝ ਮੰਗਣਾ ਅਤੇ ਮੰਗ ਲਓ, ਮੰਗਿਆ ਕੀ? ਆਪਾਂ ਤਾਂ ਕਹਿੰਦੇ ਹਾਂ ਦੁਨਿਆਵੀ ਸੁੱਖ ਮਿਲ ਜਾਣ, ਮਾਇਆ ਮਿਲ ਜਾਏ, ਮਾਣ ਤਾਣ ਮਿਲ ਜਾਏ, ਮੇਰੀ ਜੈ ਜੈਕਾਰ ਪ੍ਰਭਤਾ ਵਡਿਆਈਆਂ ਮੰਗਦੇ ਹਨ, ਧੀਆਂ ਪੁੱਤਰਾਂ ਦੇ ਸੁੱਖ ਮੰਗਦੇ ਹਾਂ, ਮੁੰਡਾ ਬਾਹਰ ਗਿਆ, ਬਾਹਰ ਚਲਿਆ ਜਾਏ, ਜੇ ਬਾਹਰ ਗਿਆ ਤਾਂ ਪੱਕਾ ਹੋ ਜਾਏ। ਸਾਡੀਆਂ ਤਾਂ ਇੱਦਾਂ ਦੀਆਂ ਮੰਗਾਂ ਨੇ ਨਾ, ਭਾਗਾਂ ਵਾਲੇ ਨੇ ਜਿਹੜੇ ਕਹਿਣ ਮਹਾਰਾਜ ਸੇਵਾ ਅਤੇ ਸਿਮਰਨ ਮਿਲ ਜਾਏ। ਇਹ ਬੀਬੀ ਨੂੰ ਜਦੋਂ ਮਹਾਰਾਜ ਨੇ ਕਿਹਾ ਕੁਝ ਮੰਗਣਾ ਅਤੇ ਮੰਗ ਲਓ, ਕੀ ਮੰਗਿਆ? ਇਹ ਕਹਿੰਦੀ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਕੱਲ੍ਹ ਨੂੰ ਫੇਰ ਦੁੱਧ ਲਿਆਵਾਂ, ਇਹ ਕਿਰਪਾ ਕਰੋ। ਮਹਾਰਾਜ ਨੇ ਫੇਰ ਇੱਦਾਂ ਹੀ ਕਿਹਾ ਭਾਈ ਇਹ ਤੇਰੀ ਭਾਵਨਾ। ਅਗਲਾ ਦਿਨ ਫੇਰ ਆਇਆ, ਦੁੱਧ ਭਾਂਡੇ ਵਿੱਚ ਪਾਇਆ, ਨੰਗੇ ਪੈਰੀਂ ਤੁਰ ਕੇ ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਗਈ, ਦੁੱਧ ਛਕਾਇਆ, ਸੇਵਾ ਕਰਕੇ ਲਾਹਾ ਖੱਟਦੇ ਨੇ ਪਿਆਰ ਵਾਲੇ। ਮਹਾਰਾਜ ਦਇਆ ਦੇ ਘਰ ਵਿੱਚ ਆਏ, ਮਹਾਰਾਜ ਕਹਿੰਦੇ ਮੰਗਣਾ ਕੁਝ ਮੰਗ ਲਓ, ਫਿਰ ਵੀ ਸੇਵਾ ਹੀ ਮੰਗੀ ਆਖੋ ਸਤਨਾਮ। ਸ੍ਰੀ ਵਾਹਿ। ਮਹਾਰਾਜ ਜੀ ਜੇ ਤੁਹਾਡੀ ਕਿਰਪਾ ਹੋਵੇ, ਤੁਹਾਡੀ ਰਹਿਮਤ ਹੋਵੇ, ਮੈਨੂੰ ਫਿਰ ਹੁਕਮ ਕਰਿਓ, ਆਗਿਆ ਕਰੋ ਮਹਾਰਾਜ, ਮੈਂ ਕੱਲ੍ਹ ਨੂੰ ਫਿਰ ਦੁੱਧ ਲਿਆਵਾਂ। ਓਏ ਪਿਆਰ ਵਾਲੇ ਦਰਸ਼ਨ ਕਰ ਕਰਕੇ ਨਹੀਂ ਰੱਜਦੇ ਭਾਈ, ਸੇਵਾ ਕਰ ਕਰਕੇ ਰੱਜ ਨਹੀਂ ਆਉਂਦਾ ਪਿਆਰ ਵਾਲਿਆਂ ਨੂੰ। ਮਹਾਰਾਜ ਕਹਿੰਦੇ ਤੇਰੀ ਭਾਵਨਾ ਭਾਈ। ਫਿਰ ਵੇਖੋ ਕਹਿੰਦੇ ਕਿਸੇ ਨੇ ਇਹਦੇ ਘਰ ਵਾਲੇ ਨੂੰ ਚੁਗਲੀ ਕੀਤੀ, ਓਏ ਦੋਦਿਆ, ਦੋਦਾ ਨਾਮ ਆਇਆ ਇਤਿਹਾਸ ਵਿੱਚ, ਤੇਰੀ ਘਰਵਾਲੀ ਸਿਖਰ ਦੁਪਹਿਰੇ ਜੰਗਲ ਵੱਲ ਨੂੰ ਨੰਗੇ ਪੈਰੀਂ ਤੁਰ ਕੇ ਜਾਂਦੀ ਹੈ, ਇੱਦਾਂ ਕਹਿ ਦਿੱਤਾ। ਇਹ ਕਹਿੰਦਾ ਪਹਿਲਾਂ ਵੇਖਾਂਗੇ ਵੀ ਜਾਂਦੀ ਕਿੱਥੇ ਆ, ਬੜਾ ਨਾਜੁਕ ਜਿਹਾ ਨਾਤਾ ਪਤੀ ਪਤਨੀ ਦਾ ਜਿਹੜਾ ਵਿਸ਼ਵਾਸ 'ਤੇ ਖਲੋਤਾ, ਆਖੋ ਸਤਨਾਮ। ਸ੍ਰੀ ਵਾਹਿ। ਇਹ ਬੜਾ ਨਾਜੁਕ ਜਿਹਾ ਨਾਤਾ ਜਿਹੜਾ ਵਿਸ਼ਵਾਸ 'ਤੇ ਖਲੋਤਾ, ਜੇ ਭਰੋਸਾ ਜੇ ਵਿਸ਼ਵਾਸ ਆ ਤਾਂ ਸਵਰਗ ਆ ਜੀਵਨ,
ਜੇ ਸ਼ੱਕ ਪੈ ਜੇ ਘਰ ਵਾਲੇ ਨੂੰ ਘਰ ਵਾਲੀ ਤੇ ਘਰ ਵਾਲੀ ਨੂੰ ਘਰ ਵਾਲੇ ਤੇ ਜੇ ਸ਼ੱਕ ਪੈ ਜਾਏ ਤਾਂ ਇਹ ਜੀਵਨ ਨਰਕ ਬਣ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਪਹਿਲਾਂ ਪਤਾ ਕਰੀਏ ਵੀ ਜਾਂਦੀ ਕਿੱਥੇ ਆ, ਫਿਰ ਕੋਈ ਸਿੱਟਾ ਕੱਢਾਂਗੇ, ਫਿਰ ਕੋਈ ਨਤੀਜੇ 'ਤੇ ਜਾਵਾਂਗੇ, ਪਹਿਲਾਂ ਪਤਾ ਕਰੀਏ। ਅਤੇ ਅੱਜ ਜਦੋਂ ਬੀਬੀ ਚੱਲੀ ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵੱਲ, ਇਹਦੇ ਘਰ ਵਾਲਾ ਕਹਿੰਦੇ ਲੁਕ ਕੇ ਗਿਆ ਦੱਬੇ ਪੈਰੀ, ਪਤਾ ਨਾ ਲੱਗ ਜਾਏ ਲੁਕ ਕੇ, ਪਤਾ ਕਰੀਏ ਵੀ ਜਾਂਦੀ ਕਿੱਥੇ ਆ। ਇਹ ਬੀਬੀ ਵਾਹਿਗੁਰੂ 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 ਜਪਦੀ ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਪਹੁੰਚ ਗਈ। ਜਾ ਚਰਨਾਂ 'ਤੇ ਮੱਥਾ ਟੇਕਿਆ, ਇਹਦੇ ਘਰ ਵਾਲਾ ਵੀ ਪਿੱਛੇ ਪਿੱਛੇ ਜਦੋਂ ਗਿਆ ਝਾੜੀਆਂ ਉਹਲੇ ਲੁਕ ਕੇ ਬਹਿ ਗਿਆ, ਮਨਾ ਆਈ ਤੇ ਚੰਗੀ ਥਾਂ ਰੱਬ ਦੇ ਪਿਆਰੇ ਕੀਰਤਨ ਕਰਦੇ ਨੇ, ਇਹਦੇ ਕੰਨਾਂ ਵਿੱਚ ਵੀ ਕੀਰਤਨ ਦੀ ਆਵਾਜ਼ ਪੈ ਗਈ। ਪਰ ਇੰਨਾ ਕੁ ਮਾਣ ਆ, ਇਹ ਮਾਣ ਆ, ਇਹ ਹਉਮੈ ਆ, ਮੇਲਾ ਨਹੀਂ ਹੁੰਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਵਿਰਥਾ ਜਾਏ। ਇਹ ਮਾਣ ਆ ਨਾ, ਜਿਹੜਾ ਕਹਿੰਦਾ ਮੈਨੂੰ ਪੁੱਛ ਕੇ ਨਹੀਂ ਆਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਬਜ਼ਾ ਜ਼ੋਰ ਕਹਿ ਲਓ ਮਾਣ ਦਾ, ਇਹ ਮਾਣ ਆ, ਕਹਿੰਦਾ ਮੈਨੂੰ ਪੁੱਛ ਕੇ ਨਹੀਂ ਆਈ, ਬਸ ਝਾੜੀਆਂ ਉਹਲੇ ਲੁਕ ਕੇ ਬਹਿ ਗਿਆ। ਬੀਬੀ ਨੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਬਹਿ ਗਈ। ਅਤੇ ਜਦੋਂ ਦੁੱਧ ਪਾਇਆ ਭਾਂਡਿਆਂ ਵਿੱਚ, ਚਾਰ ਹਿੱਸਿਆਂ ਵਿੱਚ ਪਾਇਆ, ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਭਾਈ ਬੀਬਾ ਅੱਜ ਚਾਰ ਨਹੀਂ, ਅੱਜ ਪੰਜ ਹਿੱਸਿਆਂ ਵਿੱਚ ਪਾ ਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਰ ਹਿੱਸੇ ਨਹੀਂ, ਪੰਜ ਹਿੱਸਿਆਂ ਵਿੱਚ ਪਾ। ਇਹ ਬੀਬੀ ਕਹਿੰਦੀ ਮਹਾਰਾਜ ਆਪਾਂ ਤੇ ਚਾਰ ਸਰੀਰ ਆ, ਤਿੰਨ ਆਪ ਤੇ ਚੌਥੀ ਮੈਂ ਆ। ਮਹਾਰਾਜ ਕਹਿੰਦੇ ਅੱਜ ਪੰਜਵਾਂ ਵੀ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਜੀ ਨੇ ਵਚਨ ਕੀਤਾ ਅੱਜ ਪੰਜਵਾਂ ਵੀ ਆ ਗਿਆ। ਮਹਾਰਾਜ ਕੌਣ ਆ, ਗਿਆਨ ਕਰਾਓ। ਮਹਾਰਾਜ ਕਹਿੰਦੇ ਨੇ ਝਾੜੀਆਂ ਉਹਲੇ ਲੁਕਿਆ ਬੈਠਾ ਜਾ ਲਿਆ ਬੁਲਾ ਕੇ ਭਾਈ। ਮਹਾਰਾਜ ਕਹਿੰਦੇ ਸਾਡੇ ਵੱਲੋਂ ਆਵਾਜ਼ ਮਾਰ, ਜਾ ਕੇ ਆਵਾਜ਼ ਮਾਰ, ਉਹਨੂੰ ਜਾ ਕੇ ਕਹਿ ਲੁਕਦੇ ਤੇ ਮਾੜੇ ਕਰਮਾਂ ਵਾਲੇ ਹੁੰਦੇ ਨੇ। ਪੜ੍ਹਦੇ ਹਾਂ ਨਾ ਆਸਾ ਜੀ ਦੀ ਵਾਰ ਦੀ ਬਾਣੀ, ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਗਾਵਦੇ ਨਾਨਕ ਕਰਮਾਂ ਬਾਹਰੇ। ਉਹ ਕਰਮਾਂ ਦੇ ਧੱਕੇ ਹੋਏ ਲੋਕ, ਕਰਮਾਂ ਦੇ ਮਾਰੇ ਹੋਏ, ਉਹ ਲੁਕਦੇ ਨੇ। ਨਾਨਕ ਕਰਮਾਂ ਬਾਹਰੇ ਦਰ ਢੋਹ ਨਾ ਲੈਨੀ ਭਾਵਦੇ। ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਜਾਂ ਆਵਾਜ਼ ਮਾਰ ਝਾੜੀ ਉਹਲੇ ਲੁਕਿਆ ਬੇਟਾ, ਜਾ ਕੇ ਆਵਾਜ਼ ਮਾਰੀ ਕਾਨੂ ਲੁਕਿਆ ਕਰਮਾਂ ਨੇ ਮਾਰਿਆ, ਆ ਜਾ ਸਤਿਗੁਰ ਵਾਜਾ ਮਾਰ ਦੇ ਲੁਕਿਆ ਕਰਮਾਂ ਨੇ ਮਾਰਿਆ, ਆ ਜਾ ਸਤਿਗੁਰ ਵਾਜਾ ਮਾਰ ਦੇ ਲੁਕਿਆ ਕਰਮਾਂ ਨੇ ਮਾਰਿਆ, ਸਾਨੂੰ ਲੁਕੇ ਕਰਮਾਂ ਦੇ ਮਾਰ।
ਮਾਰਿਆ ਕਰ ਮਾਂਦਿਆ ਮਾਰਿਆ ਆ ਜਾ ਸਤਿਗੁਰ ਵਾਜਾ ਮਾਰਦੇ ਤਾਨੂੰ ਲੁਕਿਆ ਕਰ ਮਾਂਦਿਆ ਮਾਰਿਆ ਆ ਜਾ ਸਤਿਗੁਰ ਵਾਜਾ ਮਾਰਦੇ ਤਾਨੂੰ ਲੁਕਿਆ ਕਰ ਮਾਂਦਿਆ ਮਾਰਿਆ ਕਰ ਮਾਂਦਿਆ ਸਾਨੂੰ ਲੁਕੇ ਕਰਮਾਂ ਮਾਰ ਆ ਜਾ ਸਤਿਗੁਰ ਬਾਜਾ ਮਾਰ ਦੇ ਸਾਨੂੰ ਲੁਕੇ ਕਰਮਾਂ ਮਾਰਿਆ ਆ ਜਾ ਸਤਿਗੁਰ ਬਾਜਾ ਮਾਰ ਸਾਨੂੰ ਲੁਕੇ ਕਰਮਾਂ ਮਾਰਿਆ ਆ ਜਾ ਸਤਿਗੁਰ ਬਾਜਾ ਮਾਰ ਸਤਿਗੁਰ ਵਾਜਾ ਮਾਰ ਦੇ ਤਾਨੂੰ ਲੁਕਿਆ ਕਰ ਮਾਂਦਿਆ ਮਾਰਿਆ ਆਜਾ ਸਤਿਗੁਰ ਵਾਜਾ ਮਾਰ ਦੇ ਉੱਤੇ ਤੇਰੇ ਭਾਗ ਜਾਗ ਪੈ ਪਿਆਰੇ ਜੀ ਉੱਤੇ ਤੇਰੇ ਭਾਗ ਜਾਗ ਪੈ ਪਿਆਰੇ ਜੀ ਤੇਰੇ ਪਾਗ ਜਾਗ ਪੇ ਪਿਆਰੇ ਜੀ ਤੇਰੇ ਪਾਗ ਜਾਗ ਪੇ ਪਿਆਰੇ ਜੀ ਤੇ ਤੇਰੇ ਪਾਗ ਜਾਗ ਪੇ ਪਿਆਰੇ ਜੀ ਤੇ ਤੇਰੇ ਪਾਗ ਜਾਗ ਪੇ ਲਾਜ ਮਾਰ ਕੇ ਬੁਲਾਇਆ ਧੰਨ ਗੁਰੂ ਨਾਨਕ ਨੇ ਬੁਲਾਇਆ ਧੰਨ ਗੁਰੂ ਨਾਨਕ ਨੇ ਸੁੱਤੇ ਤੇਰੇ ਭਾਗ ਜਾਗ ਪੈ ਬਾਜ ਮਾਰ ਕੇ ਬੁਲਾਇਆ ਧੰਨ ਗੁਰੂ ਨਾਨਕ ਨੇ ਸੁੱਤੇ ਤੇਰੇ ਭਾਗ ਜਾਗ ਪੈ ਬਾਜ ਮਾਰ ਕੇ ਬੁਲਾਇਆ ਧੰਨ ਗੁਰੂ ਨਾਨਕ ਨੇ ਸੁੱਤੇ ਤੇਰੇ ਭਾਗ ਜਾਗ ਪੈ ਬਾਜ ਮਾਰ ਕੇ ਬੁਲਾਇਆ ਧੰਨ ਗੁਰੂ ਨਾਨਕ ਨੇ ਤੇਰੇ ਪਾਗ ਜਾਗ ਪਏ ਹਰ ਵਾਰ ਤੇ ਬੁਲਾਏ ਧੰਨ ਗੁਰੂ ਨਾਨਕ ਨੇ ਤੇ ਤੇਰੇ ਪਾਗ ਜਾਗ ਪਏ ਪਾਗ ਮਾਰ ਕੇ ਬੁਲਾਇਆ ਧੰਨ ਗੁਰੂ ਨਾਨਕ ਨੇ ਤੇ ਤੇਰੇ ਪਾਗ ਜਾਗ ਪਏ ਬਸ ਜਦੋਂ ਜਾ ਕੇ ਆਵਾਜ਼ ਮਾਰੀ ਕੌਣ ਆ ਭਾਈ ਲੁਕਿਆ ਕਿਉਂ ਆ ਲੁਕਦੇ ਤੇ ਮਾੜੇ ਕਰਮਾਂ ਵਾਲੇ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਜੀ ਬੁਲਾ ਰਹੇ ਨੇ ਆ ਜਾਓ ਤੇ ਜਦੋਂ ਨਿਕਲ ਕੇ ਸਾਹਮਣੇ ਆਇਆ ਨਾ ਬਾਹਰ ਤੱਕਿਆ ਵੀ ਇਹ ਤੇ ਮੇਰਾ ਹੀ ਘਰ ਵਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਚੜ੍ਹ ਗਿਆ ਕਹਿੰਦੀ ਆ ਜਾਓ ਜੀ ਤੁਹਾਡੇ ਵੱਡੇ ਭਾਗ ਨੇ ਮਹਾਰਾਜ ਬੈਠੇ ਨੇ ਆ ਕੇ ਨਮਸਕਾਰ ਕਰ ਲਓ ਮੱਥਾ ਟੇਕ ਲਓ ਹੁਣ ਘਰਵਾਲੀ ਦੇ ਕਹਿਣ 'ਤੇ ਮੱਥਾ ਟੇਕਿਆ ਕਹੇ ਕਹਾਏ ਮੱਥਾ ਟੇਕਿਆ ਅਤੇ ਕਾਹਦਾ ਟੇਕਿਆ ਭਾਈ ਇਹ ਤੇ ਅੰਦਰੋਂ ਪ੍ਰੇਮ ਹੋਵੇ ਗੱਲ ਤਾਂ ਬਣਦੀ ਹੈ ਮਾੜੇ ਜੇ ਹੱਥ ਜੋੜੇ ਬਹਿ ਗਿਆ ਕਹੇ ਕਹਾਏ ਮੱਥਾ ਟੇਕਿਆ ਮਾੜਾ ਜੇ ਮਹਾਰਾਜ ਨੇ ਕੋਲੇ ਹੀ ਬਿਠਾ ਲਿਆ ਮਹਾਰਾਜ ਕਹਿੰਦੇ ਨੇ ਦੁੱਧ ਸ਼ਕਲ ਆ ਭਾਈ
ਤੂੰ ਆ ਗਏ ਹੋ, ਤੇਰੇ ਵੱਡੇ ਭਾਗ ਨੇ ਮਹਾਰਾਜ ਕਹਿੰਦੇ ਦੁੱਧ ਛਕਲ, ਇਹ ਕਹਿੰਦਾ ਮਹਾਰਾਜ ਤੁਸੀਂ ਛਕ ਲਓ, ਮਹਾਰਾਜ ਕਹਿੰਦੇ ਅਸੀਂ ਵੀ ਛਕਦੇ ਹਾਂ, ਤੂੰ ਵੀ ਛਕ ਭਾਈ। ਇਹਦੇ ਮਨ ਵਿੱਚ ਸੀ ਮਾਣ, ਜਦੋਂ ਮਹਾਰਾਜ ਨੇ ਕਿਹਾ ਵੀ ਤੂੰ ਵੀ ਛਕ, ਇਹ ਕਹਿੰਦਾ ਜੀ ਸਾਡੇ ਤੇ ਘਰੋਂ ਹੀ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਡੇ ਤੇ ਘਰੋਂ ਆਇਆ, ਅਸੀਂ ਤੇ ਨਿੱਤ ਪੀਂਦੇ ਹਾਂ, ਤੁਸੀਂ ਛਕ ਲਓ, ਤੁਹਾਨੂੰ ਕਦੇ ਕਦੇ ਮਿਲਦਾ ਹੋਣਾ। ਇੰਨਾ ਮਾਣ, ਇੰਨਾ ਫਿੱਕਾ ਵਚਨ, ਮਨ ਵਿੱਚ ਮਾਣ ਆ ਨਾ, ਹੰਕਾਰੀ ਦਾ ਬੋਲਣਾ ਵੀ ਕੁਝ ਹੋਰ ਹੀ ਹੁੰਦਾ, ਉਹਦਾ ਵੇਖਣਾ ਉਹਦਾ ਤੁਰਨਾ ਫਰਕ ਹੁੰਦਾ ਨਾ, ਪ੍ਰੇਮ ਵਾਲੇ ਦਾ ਵੇਖਣਾ ਵੀ ਵੱਖਰਾ ਹੁੰਦਾ, ਉਹਦੀ ਬੋਲੀ ਵਿੱਚ ਵੀ ਪ੍ਰੇਮ ਹੁੰਦਾ, ਉਹ ਜਦੋਂ ਤੁਰੇਗਾ ਤਾਂ ਵੀ ਪ੍ਰੇਮ ਝਲਕੇਗਾ, ਵੀ ਇਹਦੇ ਮਨ ਵਿੱਚ ਪ੍ਰੇਮ। ਧੰਨ ਗੁਰੂ ਨਾਨਕ ਜੀ ਨੂੰ ਕਹਿੰਦਾ, ਕਹਿੰਦਾ ਜੀ ਸਾਡੇ ਤੇ ਘਰੋਂ ਆਇਆ ਸੀ ਤੇ ਨਿੱਤ ਪੀਂਦੇ ਹਾਂ, ਤੁਸੀਂ ਛਕ ਲਓ, ਤੁਹਾਨੂੰ ਕਦੇ ਕਦੇ ਮਿਲਦਾ ਹੋਣਾ। ਜਦੋਂ ਇੰਨਾ ਉੱਚਾ ਵਚਨ ਧੰਨ ਗੁਰੂ ਨਾਨਕ ਜੀ ਨੂੰ ਕਹਿ ਦਿੱਤਾ ਵੀ ਸਾਡੇ ਤੇ ਘਰੋਂ ਆਇਆ, ਅਸੀਂ ਤੇ ਨਿੱਤ ਪੀਂਦੇ ਹਾਂ, ਤੁਸੀਂ ਛਕ ਲਓ, ਤੁਹਾਨੂੰ ਕਦੇ ਕਦੇ ਮਿਲਦਾ ਹੋਣਾ। ਮਹਾਰਾਜ ਕਹਿੰਦੇ ਨੇ ਭਾਈ ਥੋੜ੍ਹਾ ਛਕ ਲਾ, ਕੋਈ ਗੱਲ ਨਹੀਂ, ਅਸੀਂ ਵੀ ਛਕਦੇ ਹਾਂ, ਤੂੰ ਵੀ ਛਕ ਲਾ, ਬਸ ਥੋੜ੍ਹਾ ਜਿਹਾ ਦੁੱਧ ਛਕਿਆ ਅਤੇ ਬਾਕੀ ਰੱਖ ਦਿੱਤਾ ਉਵੇਂ। ਮਹਾਰਾਜ ਕਹਿੰਦੇ ਨੇ ਇਹਦਾ ਮਾਣ ਕੱਢ ਦੇਣਾ ਚਾਹੀਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੈ ਭਾਈ ਦੋਦਿਆ ਆਹ ਗੜਬਾ ਲੈ ਜਾ, ਨਦੀ ਵਹਿੰਦੀ ਹੈ ਪਾਣੀ ਦਾ ਲਿਆ ਭਰ ਕੇ, ਹੱਥ ਸੁੱਚੇ ਕਰਾ, ਅਰਦਾਸ ਕਰੀਏ ਮਹਾਰਾਜ ਕਿਰਪਾ ਕਰਨ, ਤੁਹਾਡਾ ਵਾਧਾ ਹੋਵੇ, ਤੁਹਾਡੀਆਂ ਜੈ ਜੈਕਾਰਾਂ ਹੋ ਜਾਣ। ਗੜਬਾ ਚੁੱਕਿਆ ਅਤੇ ਜਦੋਂ ਤੁਰਿਆ ਜਾਂਦਾ, ਮਹਾਰਾਜ ਨੇ ਤੋਰ ਵੀ ਵੇਖੀ ਵੀ ਮਨ ਵਿੱਚ ਮਾਣ ਆ, ਇਹਦਾ ਮਾਣ ਕੱਢ ਦਈਏ, ਬਸ ਜਦੋਂ ਫਿਰ ਜਾ ਕੇ ਲੱਗਿਆ ਗੜਬਾ ਭਰਨ ਪਾਣੀ ਨਾਲ, ਇਹਨੇ ਜਦੋਂ ਗੜਬਾ ਡਬੋਇਆ ਨਦੀ ਵਿੱਚ ਜਾ ਕੇ ਪਾਣੀ ਦਾ ਲੱਗਿਆ ਭਰਨ, ਇਹਨੂੰ ਇੱਦਾਂ ਲੱਗਿਆ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ, ਫਿਰ ਪੈਂਦਾ ਕੀ ਆ ਗੜਬੇ ਵਿੱਚ, ਇਹਨੂੰ ਇੱਦਾਂ ਲੱਗਿਆ ਵੀ ਪਾਣੀ ਨਹੀਂ ਪੈਂਦਾ, ਇੱਦਾਂ ਲੱਗਿਆ ਜਿਵੇਂ ਗੜਬੇ ਵਿੱਚ ਦੁੱਧ ਪੈਂਦਾ ਹੋਵੇ। ਇਹਨੇ ਗੜਬਾ ਡੋਲਿਆ ਵੀ ਸ਼ਾਇਦ ਮੈਨੂੰ ਭੁਲੇਖਾ ਪੈ ਗਿਆ ਹੋਵੇ, ਜਿਵੇਂ ਆਪਾਂ ਕਹਿੰਦੇ ਹਾਂ ਨਾ ਸਰੀਰ ਝਾੜਿਆ, ਆਪਣੇ ਆਪ ਨੂੰ ਇਹਨੇ ਚੁਸਤ ਕੀਤਾ ਵੀ ਮੈਨੂੰ ਸ਼ਾਇਦ ਭੁਲੇਖਾ ਨਾ ਪੈ ਗਿਆ ਹੋਵੇ। ਫਿਰ ਗੜਬਾ ਲੱਗਿਆ ਭਰਨ, ਫਿਰ ਇੱਦਾਂ ਲੱਗਿਆ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਦੁੱਧ ਪੈਂਦਾ। ਫਿਰ ਇਹਨੇ ਗੜਬਾ ਡੋਲਿਆ, ਫਿਰ ਲੱਗਿਆ ਭਰਨ, ਮਹਾਰਾਜ ਨੇ ਆਵਾਜ਼ ਮਾਰੀ ਧੰਨ ਗੁਰੂ ਨਾਨਕ ਜੀ ਨੇ ਦੋਦਿਆ, ਓਏ ਕੀ ਕਰਦਾ ਭਾਈ, ਭਰੀ ਜਾਂਦਾ ਡੋਲੀ ਜਾਂਦਾ, ਭਰੀ ਜਾਂਦਾ ਡੋਲੀ ਜਾਂਦਾ, ਗੱਲ ਕੀ ਹੈ? ਇਹ ਕਹਿੰਦਾ ਮਹਾਰਾਜ ਮੈਨੂੰ ਇੱਦਾਂ ਲੱਗਦਾ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਦੁੱਧ ਪੈਂਦਾ। ਮਹਾਰਾਜ ਕਹਿੰਦੇ ਹੈ ਤੇ ਪਾਣੀ, ਓਏ ਤੇਰਾ ਮਾਣ ਕੱਢਣਾ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਹਿੰਦਾ ਸੀ ਵੀ ਸਾਡੇ ਤੇ ਘਰੋਂ ਆਇਆ ਸੀ ਤੇ ਨਿੱਤ ਪੀਂਦੇ ਹਾਂ, ਮਹਾਰਾਜ ਨੇ ਨਦੀ ਦੁੱਧ ਦੀ ਵਗਾ ਕੇ ਵਿਖਾ ਦਿੱਤੀ, ਮਾਣ ਕੱਢਿਆ। ਮਹਾਰਾਜ ਕਹਿੰਦੇ ਲਿਆ ਭਰ ਕੇ ਸਾਰਾ ਹੀ
ਹੈ ਤੇ ਬਾਣੀ। ਇਹ ਤੇ ਤੇਰੇ ਮਨ ਦਾ ਮਾਣ ਕੱਢਣਾ ਸੀ ਜਦੋਂ ਮਹਾਰਾਜ ਨੇ ਇੰਨਾ ਵਚਨ ਕਹਿ ਦਿੱਤਾ ਨਾ। ਬਸ ਭੱਜ ਕੇ ਆਇਆ, ਚਰਨਾਂ 'ਤੇ ਢਹਿ ਪਿਆ, ਕਹਿੰਦਾ ਮਹਾਰਾਜ ਕਿਰਪਾ ਕਰਿਓ, ਮੈਂ ਗਰੀਬ ਸੱਚ ਟੇਕ, ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਮਹਾਰਾਜ ਕਰਿਓ ਕਿਰਪਾ, ਬਖਸ਼ ਲਿਓ ਮਹਾਰਾਜ, ਹਮੇ ਅਪਰਾਧੀ ਹਮੇ ਅਪਰਾਧੀ, ਬਖਸ਼ ਲਿਓ ਮਹਾਰਾਜ, ਹਮੇ ਅਪਰਾਧੀ ਹਮੇ ਅਪਰਾਧੀ, ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ, ਬਖਸ਼ ਲਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ, ਬਖਸ਼ ਲਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ, ਬਖਸ਼ ਲਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਔਗਣਾ ਦਾ ਮੈਂ ਪਰੇ, ਦਾਤਾ ਜੀ 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 ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ, ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਪਰਿਆ।
ਤੇਰਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਗੁਰੂ ਨਾਨਕ ਜੀ ਕਿਰਪਾ ਕਰੋ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਬਖਸ਼ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਣ ਨਿਕਲ ਗਿਆ ਮਨ ਨੀਵਾਂ ਕਰਕੇ ਫਿਰ ਆਇਆ ਮਹਾਰਾਜ ਵਾਸਤੇ ਕਹਿੰਦੇ ਛੱਪਰੀਆਂ ਪਾ ਦਿੱਤੀਆਂ ਅਤੇ ਜਦੋਂ ਪਤਾ ਲੱਗਿਆ ਨਾ ਕਰੋੜੀ ਮੱਲ ਨੂੰ ਉਹ ਜਿਹੜੀ ਥਾਂ ਸੀ ਜ਼ਮੀਨ ਸੀ ਜਿਹੜੀ ਉਹ ਕਰੋੜੀਏ ਮੱਲ ਦੀ ਜ਼ਮੀਨ ਸੀ। ਜਦੋਂ ਜਾ ਕੇ ਦੱਸਿਆ ਉਹ ਇਹ ਕਰੋੜੀਆ ਤੇਰੀ ਜ਼ਮੀਨ ਵਿੱਚ ਆ ਕੇ ਬਹਿ ਗਏ ਫਕੀਰ ਅੱਜ ਬੈਠੇ ਨੇ ਛੱਪਰੀਆਂ ਪਾਈਆਂ ਨੇ ਕੱਲ੍ਹ ਨੂੰ ਦੱਬ ਵੀ ਲੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਹੁਣੇ ਉਠਾ ਸਕਦਾ ਤਾਂ ਉਠਾ ਲਾ ਜੇ ਦੱਬ ਲਈ ਫੇਰ ਨਹੀਂ ਤੈਨੂੰ ਕੁਝ ਮਿਲਣਾ ਕਹਿੰਦਾ ਹੁਣੇ ਜਾਣਾ। ਸੋਟਾ ਚੁੱਕਿਆ ਹਮਰੀ ਭੂਮ ਕੌਣ ਘਾਲੈ ਪੈਰ ਕਹਿੰਦਾ ਜ਼ਮੀਨ ਮੇਰੀ ਕੌਣ ਪੈਰ ਪਾਏਗਾ ਕੌਣ ਦੱਬੇਗਾ ਹੁਣੇ ਉਠਾ ਕੇ ਆਉਣਾ। ਕਹਿੰਦੇ ਜਦੋਂ ਸੋਟਾ ਚੁੱਕ ਕੇ ਤੁਰਿਆ ਅੱਖਾਂ ਅੱਗੇ ਹਨੇਰਾ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਖਾਂ ਅੱਗੇ ਹਨੇਰਾ ਆ ਗਿਆ ਪਿੱਛੇ ਮੁੜਦਾ ਤੇ ਠੀਕ ਆ ਜੀ ਅੱਗੇ ਤੁਰਦਾ ਨਜ਼ਰੇ ਨਹੀਂ ਆਉਂਦਾ ਕੁਝ। ਇਹ ਕੀ ਖੇਡ ਬਣੀ ਪਿੱਛੇ ਮੁੜੇ ਠੀਕ ਨਜ਼ਰ ਆਉਂਦਾ ਅੱਗੇ ਜਾਂਦਾ ਤੇ ਹਨੇਰਾ ਆਉਂਦਾ ਅੱਖਾਂ ਅੱਗੇ। ਫਿਰ ਕਿਸੇ ਪਿਆਰ ਵਾਲੇ ਨੇ ਕਿਹਾ ਓਏ ਕਰੋੜੀਆ ਉਹ ਕੋਈ ਆਮ ਨਹੀਂ ਉਹ ਤੇ ਕਲਯੁਗ ਨੂੰ ਤਾਰਨ ਆਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਜੀ ਆਪ ਨਰਾਇਣ ਕਲਾ ਤਹਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਤਾਰਿਆ ਜਹਾਨ ਲਹਿਆ ਅਭਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਦਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਓਏ ਜੇ ਮਨ ਨੀਵਾਂ ਕਰਕੇ ਜਾਵੇਂਗਾ ਤਾਰ ਦੇਣਗੇ ਮਹਾਰਾਜ ਜੇ ਮਾਣ ਕਰਕੇ ਜਾਵੇਂਗਾ ਮਾਰਿਆ ਜਾਵੇਂਗਾ। ਬਸ ਫਿਰ ਮਨ ਨੀਵਾਂ ਕਰਕੇ ਆਇਆ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਕਹਿੰਦਾ ਮਹਾਰਾਜ ਆਹ ਜਿੰਨੀ ਜ਼ਮੀਨ ਆ ਜਿੰਨੀ ਥਾਂ ਇਹ ਮੇਰੀ ਭੇਟਾ ਮਹਾਰਾਜ ਚਰਨਾਂ ਵਿੱਚ ਪ੍ਰਵਾਨ ਕਰ ਲਓ। ਧੰਨ ਗੁਰੂ ਨਾਨਕ ਜੀ ਕਹਿੰਦੇ ਓਏ ਅਸੀਂ ਤਾਂ ਫੱਕਰ ਫਕੀਰ ਲੋਕ ਹਾਂ ਓਏ ਅਸੀਂ ਜ਼ਮੀਨਾਂ ਕੀ ਕਰਨੀਆਂ ਨੇ ਭਾਈ ਸਾਂਭ ਆਪਣੀ। ਮਹਾਰਾਜ ਉੱਠ ਕੇ ਹੀ ਖੜ੍ਹੇ ਹੋ ਗਏ ਇਹਨੇ ਹੱਥ ਜੋੜੇ ਮਹਾਰਾਜ ਛੱਡ ਕੇ ਨਾ ਜਾਇਓ ਮਹਾਰਾਜ ਆਪ ਜੀ ਆਇਓ ਇੱਥੇ ਕਿਰਪਾ ਕਰੋ ਆਨੰਦ ਵਰਸ ਜਾਏ ਰਹਿਮਤ ਕਰ ਦਿਓ। ਮਹਾਰਾਜ ਕਹਿੰਦੇ ਸਾਧੂ ਚੱਲਦੇ ਭਲੇ ਅਤੇ ਨਗਰੀ ਵਸਦੀ ਭਲੀ ਓਏ ਆਪਣੀ ਜ਼ਮੀਨ ਸਾਂਭ ਭਾਈ ਕਰੋੜੀਆ ਅਸੀਂ ਕੀ ਕਰਨੀ ਆ ਜ਼ਮੀਨ ਤੇਰੀ। ਇਹ ਕਹਿੰਦਾ ਮਹਾਰਾਜ ਨਹੀਂ ਮੇਰੀ ਭੇਟਾ ਪ੍ਰਵਾਨ ਕਰ ਲਓ ਮਹਾਰਾਜ। ਮਹਾਰਾਜ ਕਹਿੰਦੇ ਫਿਰ ਇੱਦਾਂ ਕਰ ਆ ਜਿੰਨੀ ਥਾਂ 'ਤੇ ਛੱਪਰੀਆਂ ਬਣੀਆਂ ਨੇ ਇਹ ਰਹਿਣ ਦੇ ਬਾਕੀ ਸਾਂਭ ਆਪਣੀ। ਫਿਰ ਛੱਪਰੀਆਂ ਸੋਹਣੀਆਂ ਕਰਕੇ ਬਣਾ ਦਿੱਤੀਆਂ ਭਾਈ ਦੋਦੇ ਨੇ ਸੇਠ ਕਰੋੜੀਏ ਮੱਲ ਨੇ ਸੋਹਣੀਆਂ ਛੱਪਰੀਆਂ ਬਣ ਗਈਆਂ। ਮਹਾਰਾਜ ਨਾਂ ਕੀ ਰੱਖੀਏ। ਮਹਾਰਾਜ ਕਹਿੰਦੇ ਨੇ ਸ਼ਹਿਰ ਵਸ ਜਾਏਗਾ ਬੜਾ ਵੱਡਾ ਬਹੁਤ ਵੱਡਾ ਸ਼ਹਿਰ ਬਣੇਗਾ ਮਹਾਰਾਜ ਨਾਂ ਕੀ ਰੱਖੀਏ ਇਹ ਕਿਰਪਾ ਕਰੋ ਆਪ ਜੀ ਆਇਓ ਨਾਨਕਪੁਰੀ ਰੱਖੀਏ ਜਾਂ ਨਾਨਕਪੁਰਾ ਤੁਹਾਡੇ ਨਾਂ 'ਤੇ ਹੀ ਨਾਂ ਰੱਖੀਏ ਮਹਾਰਾਜ। ਧੰਨ ਗੁਰੂ ਨਾਨਕ ਜੀ ਕਹਿੰਦੇ ਨੇ
ਓਏ ਨਾ ਨਾਨਕਪੁਰਾ ਅਤੇ ਨਾ ਨਾਨਕਪੁਰੀ ਭਾਈ ਮਹਾਰਾਜ, ਫਿਰ ਨਾਂ ਕੀ ਹੋਏਗਾ? ਆਪ ਜੀ ਕਿਰਪਾ ਕਰੋ, ਗਿਆਨ ਕਰਾਓ। ਧੰਨ ਗੁਰੂ ਨਾਨਕ ਜੀ ਕਹਿੰਦੇ ਨੇ, ਜਿੱਥੇ ਬਹਿ ਕੇ ਕਰਤਾਰ ਦਾ ਭਜਨ ਕੀਤਾ ਇਹ ਕਰਤਾਰਪੁਰ ਸਾਹਿਬ ਹੋਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਰਤਾਰਪੁਰ ਸਾਹਿਬ ਹੋਏਗਾ, ਧੰਨ ਗੁਰੂ ਨਾਨਕ ਜੀ ਨੇ ਵਚਨ ਕੀਤਾ। ਭਾਈ ਦੋਦੇ ਨੂੰ ਮਹਾਰਾਜ ਕਹਿੰਦੇ ਨੇ, ਦੋਦਿਆ ਮੰਗਣਾ ਕੁਝ ਮੰਗ ਲਾ। ਘਰਵਾਲੀ ਕਹਿੰਦੀ ਹੈ ਜੀ, ਮਹਾਰਾਜ ਕਹਿੰਦੇ ਨੇ ਕੁਝ ਮੰਗਣਾ ਤੇ ਮੰਗ ਲਓ। ਭਾਈ ਦੋਦੇ ਨੇ ਕੀ ਮੰਗਿਆ? ਦੁਨਿਆਵੀ ਸੁੱਖ। ਮਹਾਰਾਜ ਘਰ ਵਿੱਚ ਇੱਕ ਗਊ ਆ, ਉਹਦਾ ਦੁੱਧ ਚੋਨੇ ਆ ਤੁਹਾਡੇ ਚਰਨਾਂ ਵਿੱਚ ਲੈ ਆਉਂਦੇ ਹਾਂ। ਮਹਾਰਾਜ ਗਰੀਬੀ ਬੜੀ ਆ, ਦੁੱਧ ਦੀ ਵੀ ਘਾਟ ਆ। ਜਦੋਂ ਇੱਦਾਂ ਕਿਹਾ ਨਾ, ਘਰਵਾਲੀ ਕਹਿੰਦੀ ਆ ਜੀ, ਇਹ ਨਾ ਚੀਜ਼ਾਂ ਮੰਗੋ, ਦਰ ਘਰ ਦੀ ਸੇਵਾ ਮੰਗ ਲਓ। ਧੰਨ ਗੁਰੂ ਨਾਨਕ ਜੀ ਕਹਿੰਦੇ ਨੇ, ਇਹਦੀ ਭਾਵਨਾ ਪੂਰੀ ਹੋਣੀ ਚਾਹੀਦੀ। ਓਏ ਦੋਦਿਆ, ਦੁੱਧ ਦੀ ਘਾਟ ਨਹੀਂ ਰਹਿਣੀ ਭਾਈ। ਮਹਾਰਾਜ ਘਰ ਵਿੱਚ ਪੁੱਤਰ ਵੀ ਹੈ ਨਹੀਂ। ਧੰਨ ਗੁਰੂ ਨਾਨਕ ਜੀ ਨੇ ਵਚਨ ਕੀਤਾ, ਸਮਾਂ ਪਾ ਕੇ ਇੱਕ ਨਹੀਂ ਦੋ ਪੁੱਤਰ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਿਹਰਾਂ ਕੀਤੀਆਂ ਧੰਨ ਗੁਰੂ ਨਾਨਕ ਜੀ ਨੇ, ਦੁੱਧ ਦੀ ਵੀ ਘਾਟ ਨਹੀਂ ਰਹਿਣੀ ਤੇ ਪੁੱਤਰ ਵੀ ਦੋ ਪੈਦਾ ਹੋਣਗੇ। ਧੰਨ ਗੁਰੂ ਨਾਨਕ ਜੀ ਨੇ ਵਚਨ ਕੀਤਾ ਤੇ ਵੇਖੋ ਜਿਨ੍ਹਾਂ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਜੀ ਤਾਰਿਆ ਜਹਾਨ ਲਹਿਆ ਅਵਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਦਨੋ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ ਆਇਆ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, 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 ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ 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 ਜੀ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਪਿਆਰੇ ਬਚਨ ਗੁਰਾਂ, ਬਚਨ ਗੁਰਾਂ ਦੇ ਪਿਆਰੇ ਬਚਨ ਗੁਰਾਂ ਦੇ, 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 ਬਚ
ਨਾਦ ਵਚਨ ਗੁਰਾਤ ਮਾਰਦੇ ਨੇ ਜੀ ਸਾਨੂੰ ਵਚਨ ਗੁਰਾਨ ਤਾਰਦੇ ਨੇ ਜੀ ਸਾਨੂੰ ਵਚਨ ਗੁਰਾਨ ਤਾਰਦੇ ਨੇ ਜੀ ਸਾਨੂੰ ਵਚਨ ਗੁਰਾਨ ਤਾਰਦੇ ਨੇ ਸਾਨੂੰ ਵਚਨ ਗੁਰਾਨ ਤਾਰਦੇ ਨੇ ਸਾਨੂੰ ਵਚਨ ਗੁਰਾਨ ਤਾਰਦੇ ਨੇ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਮਹਾਰਾਜ ਜੀ ਨੇ ਕਿਰਪਾ ਕੀਤੀ ਦੋਦਿਆ ਤੇਰੀਆਂ ਜੈ ਜੈਕਾਰਾਂ ਰਹਿਣਗੀਆਂ ਜਿੰਨਾ ਚਿਰ ਚੰਨ ਤਾਰੇ ਰਹਿਣਗੇ ਮਹਾਰਾਜ ਕਹਿੰਦੇ ਤੇਰੀ ਜੈ ਜੈਕਾਰ ਰਹੇਗੀ ਅਤੇ ਵੇਖੋ ਘਰ ਵਿੱਚ ਦੁੱਧ ਦੀ ਵੀ ਘਾਟ ਨਹੀਂ ਰਹੀ ਧੰਨ ਗੁਰੂ ਨਾਨਕ ਜੀ ਦਾ ਵਚਨ ਅਤੇ ਸਮਾਂ ਪਾ ਕੇ ਦੋ ਪੁੱਤਰਾਂ ਨੇ ਜਨਮ ਲਿਆ ਇਹ ਵਚਨ ਧੰਨ ਗੁਰੂ ਨਾਨਕ ਜੀ ਦਾ ਪੂਰਾ ਹੋਇਆ ਭਾਗਾਂ ਵਾਲੇ ਨੇ ਜਿਹੜੇ ਦਰ ਘਰ ਦੀ ਸੇਵਾ ਕਮਾਉਂਦੇ ਨੇ ਭਾਗਾਂ ਤੋਂ ਬਿਨਾਂ ਮੇਲਾ ਨਹੀਂ ਹੁੰਦਾ ਭਾਗਾਂ ਤੋਂ ਬਿਨਾਂ ਆਇਆ ਨਹੀਂ ਜਾਂਦਾ ਭਾਗਾਂ ਤੋਂ ਬਿਨਾਂ ਪ੍ਰੇਮ ਨਹੀਂ ਮਨ ਵਿੱਚ ਜਾਗਦਾ ਅਤੇ ਸਤਿਗੁਰੂ ਮਿਹਰ ਕਰ ਦੇਣ ਜੇ ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਆਇਆਂ ਦਰ ਘਰ ਦੀ ਸੇਵਾ ਪ੍ਰੇਮਾ ਭਗਤੀ ਸਾਧੂਆਂ ਦਾ ਸੰਗ ਨਾਮ ਦਾ ਰੰਗ ਮਹਾਰਾਜ ਬਖਸ਼ਿਸ਼ ਕਰਦੇ ਰਹਿਣ ਅਤੇ ਆਓ ਬੜੇ ਪਿਆਰ ਨਾਲ ਪੜਿਓ ਜਰਾ ਆਖਰੀ ਧਾਰਨਾ ਗੱਜ ਕੇ ਸਤਿਗੁਰੂ ਰਹਿਮਤ ਕਰ ਦੇਣ ਬਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਪਿਆਰ ਵਾਲਿਓ ਅਤੇ ਹਰ ਵੇਲੇ ਮੰਗਦੇ ਨੇ ਮਹਾਰਾਜ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਗ ਤੋਰੀ ਜੱਗ ਦੀ ਲੋੜ ਨਹੀਂ ਹੇ ਬਾਜਾਂ ਵਾਲਿਆ ਸਾਨੂੰ ਤੇ ਤੇਰੀਆਂ ਲੋੜਾਂ ਨੇ ਪੜਿਓ ਜਰਾ ਗੱਜ ਕੇ ਇੱਕ ਤੂੰ ਮੁਖੜਾ ਨਾ ਮੋੜੀ ਸਾਈਆਂ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਲੱਗੀ ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਨੂੰ ਲੱਗੀ ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਨੂੰ
ਤੈਨੂੰ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਰਾ ਤੋੜੀ ਮੁੱਖ ਦੁਨੀਆਂ ਮੋੜ ਲਵੇ ਦੁਨੀਆਂ ਮੋੜ ਲਵੇ ਮੁੱਖ ਦੁਨੀਆਂ ਮੋੜ ਲਵੇ ਦੁਨੀਆਂ ਮੋੜ ਲਵੇ ਮੋੜ ਲਵੇ ਦੁਨੀਆਂ ਮੋੜ ਲਵੇ ਤੂੰ ਮੁਖੜਾ ਨਾ ਮੋੜੀ ਸਾਈਆਂ ਤੂੰ ਮੁਖੜਾ ਨਾ ਮੋੜੀ 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 ਮੁੱਖ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਸਰ ਨਹੀਂ ਦਸਾਰ ਆਪਣਾ ਨਾਮ ਦੇ ਹੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਆਓ ਜੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ ਸਾਰੇ ਗੁਰਮੁਖ ਜਨਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਧੰਨਵਾਦ ਸਤਿਗੁਰ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸਾਰੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ